ਕੋ ਸਾਹਿਬ ਕਹਿੰਦੇ ਜੇ ਭਗਵਾਨ ਜੀ ਕਹਿੰਦੇ ਜੇ ਭਗਵਾਨ ਜੀ ਕੀ ਖਾਇਆ ਕਰੀ ਪ੍ਰੈਕਟਿਸ ਕਿਸ ਤਰ੍ਹਾਂ ਲਾਉਣੀ ਹੈ ਕਿੰਨੀ ਲਾਉਣੀ ਹੈ ਠੀਕ ਹੈ ਫਿਰ ਕੰਪੀਟੀਸ਼ਨ 'ਤੇ ਜਾਣਾ ਹੈ ਹਾਰ ਜਿੱਤਣ ਦੀ ਨਹੀਂ ਸੋਚਣੀ ਪਹਿਲਾਂ ਤਾਂ ਹਿੱਸਾ ਲੈਣ ਦੀ ਗੱਲ ਕਰੋ ਕਿ ਅਸੀਂ ਹਿੱਸਾ ਲੈਣ ਜੋਗੇ ਹੋ ਜਾਈਏ ਫਿਰ ਕੁਸ਼ਤੀ ਕਿਤੇ ਬਾਈ ਦੀਵੇ ਵਿਗੜ ਵੀ ਜਾਂਦੀ ਆ ਅਤੇ ਉਹਦਾ ਇੰਨਾ ਅਫਸੋਸ ਨਹੀਂ ਕਰਨਾ ਜਿਹੜੇ ਹਾਰਦੇ ਨਹੀਂ ਉਹ ਜਿੱਤਦੇ ਨਹੀਂ ਹਾਂ ਇਹ ਜੁਆ ਵੀ ਹਾਰ ਨੂੰ ਐਂ ਮਲ ਕੇ ਨਾ ਪਰਾਂ ਸੁੱਟ ਦਿਓ ਉਹਦਾ ਅਨੈਲਿਸਿਸ ਕਰੋ ਆਣ ਕੇ ਉਸ 'ਤੇ ਵਿਚਾਰ ਵਟਾਂਦਰਾ ਕਰੋ ਵੀ ਅੱਜ ਮੈਂ ਹਰਿਆ ਹੈ ਮੇਰੇ ਦਮਾਂ ਦੀ ਕਮੀ ਸੀ ਮੇਰੇ 'ਚ ਜਾਨ ਘੱਟ ਨਿਕਲੀ ਆ ਜਾਂ ਮੇਰੀ ਟੈਕਨੀਕ ਜਿਹੜੀ ਮੈਂ ਅਪਲਾਈ ਕੀਤੀ ਉਹ ਨਹੀਂ ਸੈੱਟ ਬੈਠੀ ਮੈਂ ਸਾਹਿਬ ਜੀ ਕਿਵੇਂ ਕਰਾਂ ਭਾਅ ਜੀ ਮੈਨੂੰ ਦੱਸੋ ਮੈਂ ਪੈਦਲਾ ਜਦੋਂ ਉਹਨੇ ਆਹ ਕੰਮ ਕੀਤਾ ਸੀ ਜਾਂ ਮੈਨੂੰ ਉਹਨੇ ਫੜਿਆ ਸੀ ਮੇਰੇ ਕੋਲ ਨਿਕਲਿਆ ਨਹੀਂ ਗਿਆ ਮੈਂ ਉਹਨੂੰ ਫੜਿਆ ਸੀ ਉਹ ਮੇਰੇ ਕੋਲ ਨਿਕਲ ਗਿਆ ਠੱਠਾ ਨਹੀਂ ਮੈਨੂੰ ਦੱਸੋ ਮੈਂ ਕੀ ਕਰਾਂ ਇਹ ਗੱਲਾਂ ਬਹੁਤ ਪੁੱਛਣ ਹੋਈਆਂ ਪੁੱਛਿਆ ਨਿੱਘੇ ਨਿੱਘੇ ਨੁਕਤੇ ਹੁੰਦੇ ਨੇ ਛੋਟੇ ਛੋਟੇ ਹੱਥ ਐਂ ਰੱਖਿਆ ਹੱਥ ਉੱਤੇ ਰੱਖਣਾ ਥੱਲੇ ਰੱਖਣਾ ਹੈ ਕੂਣੀ ਮੋੜ ਕੇ ਰੱਖਣੀ ਕੂਣੀ ਸਿੱਧੀ ਰੱਖਣੀ ਹਾਂਜੀ ਮੁੱਕੀ ਮਾਰਨੀ ਇੱਥੋਂ ਲਿਆ ਕੇ ਮਾਰਨੀ ਇੱਥੋਂ ਲਿਆ ਕੇ ਮਾਰਨੀ ਉਹ ਚੀਜ਼ਾਂ ਵੇਖਣੀਆਂ ਵੀ ਕੀ ਹੁੰਦਾ ਉਹ ਤੁਹਾਨੂੰ ਇਹਨਾਂ ਨੇ ਦੱਸਣਗੇ ਇਸ ਕਰਕੇ ਤੁਸੀਂ ਜਿੰਨੀ ਨਹੀਂ ਪੁੱਛੋਗੇ ਤੁਹਾਨੂੰ ਦੱਸਣਗੇ ਉਹ ਉਸਤਾਦ ਨਹੀਂ ਗਾ ਉਹ ਕੋਚ ਨਹੀਂ ਗਾ ਜਿਹੜਾ ਬੱਚਿਆਂ ਨੂੰ ਦੋ ਵਾਰੀ ਤਿੰਨ ਵਾਰੀ ਪੁੱਛੇ ਤੋਂ ਮੁੜ ਕੇ ਹੈਪਰ ਹੋ ਜਾਂਦਾ ਵੀ ਤੁਸੀਂ ਮੈਨੂੰ ਕਿਉਂ ਪੁੱਛਦੇ ਨਹੀਂ ਇਹਨਾਂ ਨੇ ਭਗਵਾਨੀ ਕੀਤੀ ਆ ਇਹਨਾਂ ਸਾਰੇ ਕਸ਼ਟ ਕੱਟੇ ਨੇ ਉਹ ਕਸ਼ਟ ਨਹੀਂ ਹੁੰਦਾ ਉਹ ਬੰਦਾ ਰੋਜ਼ ਦਾ ਰੂਟੀਨ ਬਣ ਜਾਂਦਾ ਉਹਦਾ ਲੋਕਾਂ ਨੂੰ ਲੱਗਦਾ ਵੀ ਬੜਾ ਕਸ਼ਟ ਕਰਨ ਡਿਆ ਭਗਵਾਨ ਪਰ ਨਹੀਂ ਪੁੱਤ ਅਸੀਂ ਇਹਨਾਂ ਬੰਦਿਆਂ ਦੇ ਰਿਣੀ ਹਾਂ ਜਿਹਨਾਂ ਨੇ ਵਿਦੇਸ਼ਾਂ ਜਾਣ ਕੇ ਵੀ ਇਸ ਚੀਜ਼ ਨੂੰ ਜੀਵਿਤ ਰੱਖਿਆ ਇਹ ਬੜੀ ਖੁਸ਼ੀ ਹੁੰਦੀ ਹੈ ਜਦੋਂ ਬਾਹਰੋਂ ਬੱਚੇ ਸਾਡੇ ਵਧੀਆ ਪਰਫੋਰਮੈਂਸ ਦਿੰਦੇ ਨੇ ਵਧੀਆ ਗੱਲਬਾਤ ਸੁਣੀਦੀ ਹੈ ਮਜ਼ਾ ਆਉਂਦਾ ਇਸ ਕਰਕੇ ਮੈਂ ਇਹਨਾਂ ਨੂੰ ਵਧਾਈ ਦਿੰਦਾ ਇਹ ਵਧਾਈ ਦੇ ਪਾਤਰ ਨੇ ਭਗਵਾਨ ਜਿੰਨੇ ਵੀ ਜਿੰਮ ਖੋਲ ਕੇ ਬੈਠੇ ਆ ਇਹ ਕੋਈ ਕਈ ਕਹਿੰਦੇ ਕਮਾਈ ਦਾ ਸਾਧਨ ਨਹੀਂ ਜਿੰਨਾ ਇਹਦੇ 'ਤੇ ਲੱਗਦਾ ਹੈ ਜੋ ਵੀ ਕੁਛ ਹੈਗਾ ਬਹੁਤ ਹੈ ਜਦੋਂ ਤੁਹਾਡੇ ਉਸਤਾਦ ਤੁਹਾਨੂੰ ਲੈ ਕੇ ਜਾਂਦੇ ਬਾਹਰ ਕੰਪੀਟੀਸ਼ਨ 'ਤੇ ਉਦੋਂ ਉਹਨਾਂ ਨਾਲ ਵਿਚਾਰ ਪੈਂਦਾ ਕਰੋ ਭਗਵਾਨ ਜੀ ਮੇਰੀ ਕੁਰਸੀ ਫਲਾਣੇ ਨਾਲ ਆਈ ਹੈ ਕਿੱਦਾਂ ਮੈਂ ਰਣਨੀਤੀ ਬਣਾਉਣੀ ਹੈ ਵੈਰੀ ਗੁੱਡ ਪਹਿਲਵਾਨ ਜੀ ਆਓ ਅੱਜ ਤੁਹਾਨੂੰ ਬਹੁਤ ਵੱਡੀ ਖੁਸ਼ਖਬਰੀ ਵਾਲੀ ਗੱਲ ਆ ਸਾਡੇ ਵਿੱਚ ਛਿੰਦਾ ਪੱਟੀ ਪਹਿਲਵਾਨ ਜਿਹੜੇ ਪੰਜਾਬ ਕੇਸਰੀ ਰਹੇ ਆ ਰੁਸਤਮੇ ਹਿੰਦ ਰਹੇ ਆ ਉਹ ਸਾਡੇ ਵਿੱਚ ਅੱਜ ਕਨੇਡਾ 'ਚ ਆਏ ਆ ਪਹਿਲਵਾਨ ਜੀ ਤੁਹਾਡਾ ਰੁਸਤਮ ਦੀ ਆਵਾਜ਼ 'ਤੇ ਦੂਜੀ ਵਾਰ ਫਿਰ ਸਵਾਗਤ ਕਰਦੇ ਹਾਂ ਤੁਸੀਂ ਅੱਜ ਸਬੱਬ ਕਿੱਦਾਂ ਬਣਿਆ ਜਿਹੜਾ ਕਨੇਡਾ ਦੀ ਧਰਤੀ 'ਤੇ ਆਉਣ ਦਾ ਤੁਹਾਡਾ ਧੰਨਵਾਦ ਉਹ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਤਰ੍ਹਾਂ ਹੈ ਵੀ ਮੇਰਾ ਲੜਕਾ ਜਿਹੜਾ ਜਸਕਰਨ ਸਿੰਘ ਹੈ ਉਹ ਜਸਕੌਰ ਤੋਂ ਵੱਡਾ ਠੀਕ ਹੈ ਉਹ ਕਹਿਲਗਿਰੀ ਆ ਅਤੇ ਉਹਨਾਂ ਦੀ ਮਾਸੀ ਦੇ ਲੜਕੇ ਦਾ ਵਿਆਹ ਸੀਗਾ ਇੱਥੇ ਠੀਕ ਹੈ ਅਤੇ ਇਸ ਕਰਕੇ ਸਾਡਾ ਇੱਥੇ ਸੌਂ ਦਾ ਸਵਾਬ ਬਣਿਆ ਇਸ ਕਰਕੇ ਸਾਰੇ ਭਗਵਾਨਾਂ ਦੇ ਦਰਸ਼ਨ ਮੇਲੇ ਕਰ ਰਹੇ ਹਾਂ ਉਹ ਵਿਆਹ ਦੇ ਬਹਾਨੇ ਨਾਲ ਅਸੀਂ ਇੱਥੇ ਆਏ ਹਾਂ ਠੀਕ ਹੈ ਮੈਂ ਸਮਾਂ ਆਪ ਸੋਚਣ ਲੱਗ ਪਿਆ ਸੀ ਵੀ ਪਹਿਲਵਾਨ ਹੋਣੀ ਕਹਿੰਦੇ ਸ਼ਾਇਦ ਜੱਸੇ ਨੂੰ ਲੈ ਕੇ ਆਏ ਆ ਵੀ ਇੱਥੇ ਕੋਈ ਦੰਗਲ ਹੋ ਰਿਹਾ ਵੱਡਾ ਜਿੰਨਾ ਵੀ ਸਾਨੂੰ ਵੀ ਤੁਸੀਂ ਪਹਿਲਵਾਨ ਜੀ ਪਹਿਲੀ ਵਾਰੀ ਆਏ ਆ ਇੱਥੇ ਹਾਂਜੀ ਮੈਂ ਪਹਿਲੀ ਵਾਰੀ ਆਏ ਪਹਿਲੀ ਵਾਰੀ ਆਏ ਕਿੰਨੇ ਦਿਨ ਹੋ ਗਏ ਆਇਆ ਨੂੰ ਪਹਿਲਾਂ ਸਾਨੂੰ ਅਸੀਂ ਇਹਦੇ 23 ਦੇ ਆਏ ਹਾਂ ਜੀ ਪਿਛਲੇ ਦੇ ਠੀਕ ਹੈ ਜੀ ਹਾਂਜੀ ਉਹ ਤੋਂ ਬਾਅਦ ਤੁਸੀਂ ਕੋਈ ਪਹਿਲਵਾਨ ਅਖਾੜਿਆਂ 'ਚ ਗਏ ਇੱਥੇ ਜਾਂ ਤੁਹਾਨੂੰ ਕਿੱਦਾਂ ਦੇ ਲੱਗੇ ਜਿਹੜਾ ਮਾਹੌਲ ਤੁਹਾਨੂੰ ਬੜਾ ਵਧੀਆ ਮਾਹੌਲ ਲੱਗਾ ਸਾਨੂੰ ਇੱਥੇ ਅਸੀਂ ਪਹਿਲਾਂ ਤਾਂ ਪਹਿਲਵਾਨ ਬੇਅੰਤ ਸਿੰਘ ਕੋਲੇ ਗਏ ਠੀਕ ਹੈ ਉਹਨਾਂ ਨੂੰ ਮਿਲੇ ਪਹਿਲਵਾਨ ਸ਼ਿੰਗਾਰਾ ਸਿੰਘ ਕੋਲੇ ਗਏ ਉਹਨਾਂ ਨੂੰ ਮਿਲੇ ਹੁਣ ਤੁਹਾਡੇ ਨਾਲ ਬੈਠੇ ਹਾਂ ਪਹਿਲਵਾਨ ਸੁਖਵੰਤ ਸਿੰਘ ਹੋਰਾਂ ਨਾਲ ਅਦੀ ਜਗੀਰ ਨਾਲ ਗੱਲਬਾਤ ਹੋਈ ਠੀਕ ਹੈ ਬੜਾ ਚੰਗਾ ਲੱਗਾ ਕੇ ਐਸ ਮੱਖਣ ਨਾਲ
ਗੱਲਬਾਤ ਹੋਈ, ਹੋਰ ਵੀ ਭਲਾਵਾਂ ਨਾਲ ਗੱਲਬਾਤ ਹੋਈ ਹੈ, ਲੇਕਿਨ ਸਭ ਤੋਂ ਜ਼ਿਆਦਾ ਸਮਾਂ ਤੁਹਾਡੇ ਕੋਲ ਬਿਤਾ ਰਹੇ ਹਾਂ। ਨਹੀਂ ਨਹੀਂ, ਥੈਂਕ ਯੂ ਪਹਿਲਵਾਨ ਜੀ। ਪਹਿਲਵਾਨ ਜੀ, ਅੱਜ ਸਾਡੇ ਰੋਸਤਮ ਦੀ ਆਵਾਜ਼ 'ਚ ਤੁਹਾਨੂੰ ਬਹੁਤ ਸਹੂਲਤਾਂ ਨੇ ਇੱਥੇ ਸੁਣਨਾ ਹੈ, ਲਹਿੰਦੇ ਪੰਜਾਬ ਦਾ, ਚੜ੍ਹਦੇ ਪੰਜਾਬ 'ਚ। ਤੁਸੀਂ ਜਿਹੜੀ ਜੱਸੇ ਦੀ ਪਹਿਲਵਾਨੀ ਕਰਾਈ ਹੈ, ਤੁਹਾਡੇ ਮਨ 'ਚ ਤੁਸੀਂ ਆਪ ਸੁਪਰ ਸਟਾਰ ਰਹੇ ਹਾਂ, ਤੁਹਾਡੇ ਵੀ ਇੰਟਰਵਿਊ ਵੱਲ ਨੂੰ ਜਾਵਾਂਗੇ, ਤੁਹਾਡੀਆਂ ਵੀ ਅੱਜ ਦਿਲ ਦੀਆਂ ਹੋਰ ਗੱਲਾਂ ਕਢਾਵਾਂਗੇ ਜਿਹੜੀਆਂ ਸਾਡੇ ਤੋਂ ਰਹਿ ਗਈਆਂ। ਜਿਹੜੀ ਜੱਸੇ ਨੂੰ ਕਿੰਨੇ ਕੁ ਸਾਲ ਦੇ ਤੁਸੀਂ ਘੁੰਡ ਲਾਤਾ ਜੀ? ਜੱਸਾ ਜਦੋਂ ਇਹਨਾਂ ਦੋਵਾਂ ਭਰਾਵਾਂ ਨੇ ਸੁਰਤ ਸੰਭਲੀ ਆ, ਜਿਵੇਂ 5-5-7-7 ਸਾਲ ਦੇ ਸੀਗੇ, ਉਦੋਂ ਹੀ ਮੇਰੇ ਨਾਲ ਅਖਾੜੇ ਜਾਣ ਲੱਗ ਪਏ ਸੀਗੇ। ਤੇ ਜਾਂਦਿਆਂ ਜਾਂਦਿਆਂ ਹੌਲੀ ਹੌਲੀ ਇਹਨਾਂ ਨੂੰ ਫਿਰ ਚਿੜਕ ਲੱਗ ਗਈ, ਫਿਰ ਕਈ ਵਾਰੀ ਮੈਂ ਨਾਮ ਹੀ ਘਰ ਹੁੰਦਾ ਸੀ ਤੇ ਇਹ ਆਪ ਹੀ ਚਲੇ ਜਾਂਦੇ ਸੀ ਦੋਵੇਂ ਭਰਾ। ਫਿਰ ਇਹ ਭਾਨੇ ਦੇ ਨੇੜੇ ਲੱਗ ਗਏ, ਭਾਨੇ ਨੇ ਕਾਫੀ ਪਿਆਰ ਦਿੱਤਾ, ਫਿਰ ਉਹਦਾ ਕਰਕੇ ਫਿਰ ਇਹ ਭਲਵਾਨੀ ਦੇ ਬਹੁਤ ਨੇੜੇ ਲੱਗ ਗਏ। ਫਿਰ ਐਸਾ ਸਬੱਬ ਬਣਿਆ ਵੀ ਜਿਹੜਾ ਵੱਡਾ ਬੇਟਾ ਸੀ ਉਹ ਕੈਨੇਡਾ ਆ ਗਿਆ, ਠੀਕ ਹੈ ਜੀ, 10 ਦੇ ਵਿਚ, ਠੀਕ ਹੈ ਜੀ। ਤੇ ਇਹ ਫਿਰ ਕੱਲਾ ਕਰਦਾ ਰਿਹਾ, ਭਾਵੇਂ ਪਹਿਲਵਾਨ ਨੇ ਫਿਰ ਇੱਥੇ ਕਾਫੀ ਜ਼ੋਰ ਦਿੱਤਾ। ਠੀਕ ਹੈ, ਜਿਹੜਾ ਵੱਡੇ ਲੜਕੇ ਦਾ ਵੀ ਸਬੱਬ ਬਣਿਆ ਇੱਧਰ ਆਉਣ ਦਾ, ਵੀ ਤੁਸੀਂ ਰੈਸਲਿੰਗ 'ਚ ਉੱਧਰ ਪਾਏ ਆ, ਬੱਚੇ ਸਾਡੇ ਛੱਡਣ ਨੂੰ ਜੀ ਨਹੀਂ ਕਰਦਾ ਹੁੰਦਾ, ਜਦੋਂ ਤੁਸੀਂ ਆਪ ਭਲਵਾਨ ਰਹੇ ਹੋ, ਤੁਹਾਡਾ ਜੀ ਨਹੀਂ ਕਰਨਾ ਵੀ ਬੱਚਾ ਦੂਰ ਜਾਵੇ ਤੁਹਾਡੇ ਤੋਂ, ਇਹਦਾ ਸਬੱਬ ਕਿੱਦਾਂ ਬਣ ਗਿਆ ਬਾਹਰ ਆਉਣ ਦਾ? ਇਹਦਾ ਜੀ ਕੋਈ ਨਾ ਇਸ ਤਰ੍ਹਾਂ ਹੀ ਕੁਦਰਤੀ, ਅਸੀਂ ਨਾ ਦੰਗਲ ਕਰਾਉਣਾ ਸੀਗਾ, ਇਹ 12ਵੇਂ ਮਹੀਨੇ ਦੀ ਗੱਲ ਹੈ, 9 ਦੀ, ਠੀਕ ਹੈ ਜੀ। ਤੇ ਮੈਂ ਉੱਥੇ ਸਾਡੇ ਨਾ ਬਾਬੇ ਢਾਰਸਰ ਵਾਲੇ, ਠੀਕ ਹੈ ਜੀ, ਮੈਂ ਉਹਨਾਂ ਨੂੰ ਸੱਦਿਆ, ਹਾਂਜੀ ਹਾਂਜੀ, ਮੈਂ ਬਾਬਾ ਜੀ ਦੰਗਲ ਤੇ ਆਇਓ ਜੀ, ਠੀਕ ਹੈ ਜੀ। ਤੇ ਉਹਨਾਂ ਨੇ ਮੈਨੂੰ ਸ਼ੁੱਕਰਵਾਰ ਫੋਨ ਕਰਤਾ ਵੀ ਭਰਵਾਨ ਜੀ ਐਤਵਾਰ ਦੇ ਡੇਰੇ 'ਚ ਬਹੁਤ ਪ੍ਰੋਗਰਾਮ ਹੁੰਦਾ ਹੈ, ਹਾਂਜੀ ਹਾਂਜੀ, ਅਸੀਂ ਸ਼ਨਿਚਰਵਾਰ ਘਰੇ ਆ ਜਾਂਦੇ ਹਾਂ, ਠੀਕ ਹੈ ਜੀ। ਮੈਂ ਕਿਹਾ ਜੀ ਠੀਕ ਹੈ, ਘਰੇ ਆ ਜਾਓ। ਉਹ 5-7 ਜਣੇ ਨਾਲ ਲੈ ਕੇ ਤੇ ਉਹ ਘਰੇ ਆ ਗਏ ਤੇ ਐਤਾਂ ਸੋਫਿਆਂ ਤੇ ਬਹਿ ਗਏ ਤੇ ਚਾਹ ਪਾਣੀ ਪੀਤਾ। ਮੈਨੂੰ ਪੁੱਛਦੇ ਵੀ ਇਹਨੇ ਉਦੋਂ ਜਸਕਰਨ ਨੇ ਆਈਲੈਟਸ ਕੀਤਾ ਸੀਗਾ ਵੀ ਵੇਖਣ ਵਾਸਤਿਆਂ ਦੇ ਵੀ ਔਖਾ ਬੜਾ ਔਖਾ ਬੜਾ ਕਿੰਨਾ ਕੁ ਔਖਾ ਮੈਂ ਕਰਕੇ ਤੇ ਵੇਖਾਂ, ਠੀਕ ਹੈ। ਕੋਈ ਤਾਂ ਬਾਹਰ ਅੰਦਰ ਜਾਣ ਦਾ ਵਿਚਾਰ ਕੋਈ ਨਹੀਂ ਸੀ, ਹਾਂਜੀ। ਤੇ ਉਹ ਮੈਨੂੰ ਬੈਠਿਆਂ ਬੈਠਿਆਂ ਪੁੱਛਦੇ ਭਲਵਾਨ ਜੀ ਭਜੰਗੀ ਕਿੰਨੇ ਨੇ, ਠੀਕ ਹੈ। ਮੈਂ ਕਿਹਾ ਬਾਬਾ ਜੀ 2 ਨੇ, ਹਾਂਜੀ। ਤੇ ਆਂਦੇ ਇੱਕ ਨੂੰ ਫਿਰ ਬਾਹਰ ਭੇਜ ਦਈਏ, ਕੀ ਬਾਤ ਹੈ ਜੀ, ਹਾਂਜੀ। ਉਹ ਜਿਵੇਂ ਕਿ ਸਿਆਣੇ ਨੇ ਕਿਹਾ ਸਾਧੂ ਬੋਲੇ ਸਹਿ ਸੁਭਾਅ, ਸਾਧੂ ਦਾ ਬੋਲਿਆ ਵਿਰਸਾ ਨਾ ਜਾ। ਮੈਂ ਕਿਹਾ ਜੀ ਤੁਹਾਡਾ ਖੁਸ਼ਾ ਹੈ। 26 ਦਸੰਬਰ ਨੂੰ ਅਸੀਂ ਇਹਨੇ ਕਾਗਜ਼ ਪੱਤਰ ਆਪਣਾ ਭੇਜਿਆ ਤੇ 7-8 ਜਨਵਰੀ ਨੂੰ 10 ਦਿਨ ਨੂੰ ਇਹਦਾ ਵੀਜ਼ਾ ਆ ਗਿਆ, ਕਿਆ ਬਾਤ ਹੈ। 16 ਜਨਵਰੀ ਨੂੰ ਇਹ ਕੈਨੇਡਾ ਨੂੰ ਚੜਾਉਂਦਾ। ਦੇਖੋ ਜੀ, ਸਾਡੇ ਰਿਸ਼ਤੇਦਾਰ ਵੀ, ਸਾਡੇ ਭੈਣ ਭਰਾ ਵੀ ਨਾਰਾਜ਼ ਹੋਏ, ਤੁਸੀਂ ਸਾਨੂੰ ਨੀ ਦੱਸਿਆ। ਮੈਂ ਕਿਹਾ ਸਾਨੂੰ ਵੀ ਪਤਾ ਨੀ ਲੱਗਾ, ਤੁਹਾਨੂੰ ਅਸੀਂ ਕੀ ਦੱਸਣਾ ਕਿੱਦਾਂ ਸਵਾਬ ਬਣ ਗਿਆ। ਇਸ ਤਰ੍ਹਾਂ ਬਸ ਥੋੜੇ ਦਿਨਾਂ ਦੇ ਵਿੱਚ ਇਹਦਾ ਕੁਦਰਤੀ ਇਹ ਵੇਰੇ, ਠੀਕ ਹੈ ਜੀ, ਤੇ ਮੈਂ ਨੀ ਜਾਣਾ ਤੁਹਾਨੂੰ ਛੱਡ ਕੇ, ਠੀਕ ਹੈ। ਭਲਵਾਨੀ ਕਰਦਾ ਹੀ ਕਰਕੇ ਇਹਦੇ ਮਨ ਚ ਹੋਣਾ, ਹਾਂਜੀ, ਮੈਂ ਪਹਿਲਵਾਨੀ ਕਰਾਂ, ਭਲਵਾਨੀ ਕਰਦਾ ਕਿ ਮੇਰੇ ਨਾਲ ਪਿਆਰ ਬਹੁਤ ਜ਼ਿਆਦਾ ਹੈ, ਠੀਕ ਹੈ ਜੀ। ਜੇ ਮੈਂ ਪੂਨੇ ਗਿਆ ਤੇ ਇਹਨੂੰ ਇੱਕ ਦਿਨ ਦੀ ਛੁੱਟੀ ਲੇਟ ਮਿਲਣੀ ਆ ਤੇ ਇਹਨੇ ਮੇਰੇ ਮਗਰ ਪੂਨੇ, ਕਿਆ ਬਾਤ ਹੈ। ਜੇ ਮੈਂ ਕੋਲਹਾਪੁਰ ਗਿਆ ਤੇ ਇਹਦੇ ਅੱਜ ਪੇਪਰ ਹੈ, ਇਹਨੇ ਕੱਲ ਨੂੰ ਗੱਡੀ ਚੜ੍ਹਨਾ ਤੇ ਮੇਰੇ ਮਗਰ ਕੋਲਹਾਪੁਰ, ਠੀਕ ਹੈ। ਜਦੋਂ ਬੱਚਾ ਇੱਕ ਦੂਰ ਹੋ ਗਿਆ ਭਲਵਾਨੀ ਤੋਂ, ਤੁਹਾਡਾ ਮਨ ਥੋੜਾ ਜਿਹਾ ਹੋਇਆ ਖਰਾਬ ਕਿ ਬੱਚੇ ਨੂੰ ਕਿਹਦੀ ਭਲਵਾਨੀ ਕਰਾਈਏ? ਇਹਨੇ ਦੂਰ ਨੀ ਹੋਇਆ, ਇਹਨੇ ਆਉਣ ਤੋਂ ਪਹਿਲਾਂ ਮੇਰੇ ਨਾਲ ਇੱਕ ਇਹਨੇ ਸਲਾਹ ਕੀਤੀ, ਉਸੇ ਦੌਰਾਨ, ਠੀਕ ਹੈ ਜੀ, 1-2 ਮਹੀਨੇ ਪਹਿਲਾਂ, ਠੀਕ ਹੈ ਜੀ। ਮੈਨੂੰ ਕਹਿੰਦਾ ਪਾਪਾ ਇਸ ਤਰ੍ਹਾਂ ਹੈ ਵੀ ਆਪਾਂ ਨਾ ਇਹਦੇ ਤੇ ਖਿਆਲ ਦੇਈਏ, ਜੱਸੇ ਤੇ। ਮੈਂ ਪੁੱਤ ਮੈਂ ਤੁਹਾਡੇ ਦੋਵਾਂ ਦੇ ਦੇਣਾ, ਤੁਸੀਂ ਦੋਵੇਂ ਮੇਰੇ ਲਈ ਇੱਕੋ ਜਿਹੇ ਜੇ। ਕਹਿੰਦਾ ਨਹੀਂ, ਮੇਰੀ ਹਾਈਟ ਵੀ ਘੱਟ ਆ ਤੇ ਮੇਰੀ ਲੜੰਤ ਵੀ ਓਨੀ ਵਧੀਆ ਨੀ ਕਿ ਜਿੰਨੀ ਉਹਦੀ ਆ, ਕਿਆ ਬਾਤ ਹੈ ਜੀ, ਦੇਖੋ। ਤੇ ਆਪਾਂ ਉਹ ਤੇ ਕਰੀਏ, ਠੀਕ ਹੈ ਜੀ। ਮੈਂ ਪੁੱਤ ਮੈਂ ਤੇ ਨਹੀਂ ਗਾ ਇਹ ਗੱਲ ਨਾਲ ਸਹਿਮਤ, ਮੈਂ ਤੇ ਹਾਂ ਵੀ ਤੂੰ ਵੀ ਕਰ, ਪਰ ਇਹਨੇ ਜਿਹੜੇ 2-4 ਮਹੀਨੇ ਉਦੋਂ ਮਗਰੋਂ ਰਿਹਾ ਹੈ, ਇਹਨੇ ਉਹਦੀ ਮਾਪਸ ਵੀ ਕਰਨੀ, ਉਹਨੂੰ ਰੋਟੀ ਵੀ ਪਹਿਲਾਂ ਖਵਾਉਣੀ, ਉਹਨੂੰ ਬਦਾਮ ਵੀ ਰੜਕੇ ਦੇਣੇ। ਤੇ ਇਹਨੇ ਉਧਰ ਨੂੰ ਲਾਰ ਆਪਣਾ ਜਿਹੜਾ ਇਹਨੇ ਇਸ ਤਰ੍ਹਾਂ ਦਾ ਬਣਾ ਲਿਆ ਵੀ ਇਹਦੇ ਤੇ ਜ਼ੋਰ ਲਾਵਾਂ।
ਜੋ ਤੁਸੀਂ ਚਾਹੁੰਦੇ ਸੀ ਉਹਨੇ ਉਹ ਕਰੀ ਗਿਆ ਤੁਸੀਂ ਕੀ ਸ਼ੁਰੂ ਤੋਂ ਜਿਦਾਂ ਆਪਣੇ ਸਰੋਤੇ ਬਹੁਤ ਸੁਣਦੇ ਆ ਵੀ ਕਿਸੇ ਨੇ ਮਲ ਬਣਾਉਣਾ ਹੋਵੇ ਆਪਣਾ ਵੀ ਕੀ ਉਹਨੂੰ ਜ਼ਰੂਰਤਾਂ ਉਹਦੇ ਲਈ ਕਰਨੀਆਂ ਚਾਹੀਦੀਆਂ ਪੂਰੀਆਂ ਉਹਦੀਆਂ ਜ਼ਰੂਰਤਾਂ ਜੀ ਸਾਰੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਇੱਕ ਜਿਹੜੀਆਂ ਚੰਗੇ ਇਨਸਾਨ ਦੇ ਵਿੱਚ ਪੈਦਾ ਕਰਨ ਵਾਸਤੇ ਔਰ ਪਲੇਅਰ ਬਣਾਉਣ ਵਾਸਤੇ ਕਿਆ ਬਾਤ ਜੀ ਔਰ ਉਹਦੇ ਵਿੱਚ ਕੁਛ ਕਹਿਣਾ ਇਹੋ ਜਿਹੇ ਸੀਗੇ ਵੀ ਉਹ ਕਦੀ ਵੀ ਵਾਫਰ ਨਾ ਉਹ ਜਾਂਦਾ ਸੀ ਕਿਤੇ ਗਲਤ ਨਾ ਉਹ ਕਿਸੇ ਗਲਤ ਸੰਗਤ ਚ ਬਹਿੰਦਾ ਸੀ ਨਾ ਉਹ ਕਿਸੇ ਮੁੰਡਿਆਂ ਨਾਲ ਉਹ ਮਿਹਨਤੀ ਸੀ ਉਹ ਨੌਵੀਂ ਕਲਾਸ ਦੇ ਵਿੱਚ ਸੀਗਾ ਜਦੋਂ 1400 ਉੱਠ ਬੈਠ ਖਿਲਾ ਲੈਂਦਾ ਸੀ ਇੰਨੀ ਹੈ ਜੀ ਬਹੁਤ ਵੱਡੀ ਗੱਲ ਹੈ ਜੀ 1400-1500 ਉਸ ਟਾਈਮ ਉੱਠ ਬੈਠ ਕਿੰਨੀ ਉਮਰ ਚ ਸਾਡੇ ਕੋਲ ਮੇਰਾ ਛੋਟਾ ਭਰਾ ਅਮਰੀਕਾ ਦੇ ਵਿੱਚ ਆ ਉਹਨੇ ਆਪਣੇ ਸਾਂਢੂ ਸਾਹਿਬ ਭੇਜਿਆ ਉਹ ਮੁੰਡਾ ਇੰਟਰਨੈਸ਼ਨਲ ਕਬੱਡੀ ਦਾ ਪਲੇਅਰ ਸੀਗਾ ਵੇਖਿਆ ਤੇ ਉਹਨੂੰ ਖਾੜੇ ਲੈ ਗਏ ਤੇ ਇਹ ਮਿਹਨਤ ਲਾਉਂਦੇ ਆ ਪਹਿਲਾਂ ਭਜਾਏ ਭਜੋਏ ਮੁੜ ਕੇ ਮਿਹਨਤ ਲਾਉਣ ਲੱਗ ਪਏ ਤੇ ਉਹ ਵੇਖ ਕੇ ਉਹਨਾਂ ਦਾ ਭਲਾ ਜੀ ਮੇਰੇ ਨੀ ਵੱਸਦਾ ਰਹੋ ਸਾਡੀ ਤਾਂ ਸਾਰੀ ਟੀਮ ਨੀ ਲਾਉਂਦੀ ਇੰਨੀ ਰੱਖਣਾ ਪਿਆ ਜਿਦਾਂ ਹੁਣ ਬੱਚੇ ਜਿਦਾਂ ਆਪਾਂ ਕਹਿਣਾ ਵੀ ਗਰੋ ਕਰਨੇ ਆ ਤੁਸੀਂ ਆਪ ਸੁਪਰ ਸਟਾਰ ਰਹੇ ਆ ਜਿਹੜੀਆਂ ਕਮੀਆਂ ਤੁਹਾਡੇ ਤੁਹਾਨੂੰ ਲੱਗੀਆਂ ਤੁਸੀਂ ਇਹਦੇ ਚੋਂ ਬੱਚੇ ਚੋਂ ਪੂਰੀਆਂ ਕੀਤੀਆਂ ਜਿਹੜੇ ਅੱਜ ਸਰੋਤੇ ਤੁਹਾਨੂੰ ਬਹੁਤ ਦੇਖ ਰਹੇ ਆ ਜਿਹੜੇ ਚਾਹੁੰਦੇ ਅੱਜ ਬੱਚੇ ਅਸੀਂ ਵੀ ਰੈਸਲਿੰਗ 'ਚ ਲਾਈਏ ਵੀ ਕੀ ਇਹਦੇ 'ਚ ਤੁਹਾਨੂੰ ਔਕੜਾਂ ਆਈਆਂ ਔਕੜਾਂ ਦੇ ਵਿੱਚ ਕੋਈ ਮੈਨੂੰ ਮਿਹਨਤ ਨਹੀਂ ਆਈਆਂ ਕਿਉਂਕਿ ਇਹ ਆਗਿਆਕਾਰ ਬਹੁਤ ਸੀ ਦੋਵੇਂ ਭਰਾ ਹੀ ਇਹ ਆਗਿਆਕਾਰ ਸੀ ਇਹਨਾਂ ਦੀ ਆਸ ਸੀ ਬਜ਼ਾਰਾਂ ਦੀ ਫਿਰ ਭਾਨਾ ਭਲਵਾਨ ਨਾਲ ਰਲ ਗਿਆ ਠੀਕ ਹੈ ਜੀ ਉਹਦੀ ਔਰ ਜੱਸੇ ਦੀ ਇੰਨੀ ਕੁ ਵੀਜ਼ਾ ਰਲਦੀ ਸੀ ਵੀ ਉਹ ਸਾਰੀ ਦੁਨੀਆਂ ਨੂੰ ਵੀ ਪਤਾ ਹੈ ਵੀ ਜੋ ਭਾਨਾ ਕਹਿਦੇ ਉਹ ਉਹਨੇ ਕਰਨਾ ਹੈ ਭਾਨੇ ਭਲਵਾਨੇ ਉਹ ਕਹਿਣਾ ਹੈ ਜੋ ਕਰਨ ਵਾਲਾ ਹੈ ਠੀਕ ਹੈ ਮੈਂ ਕਦੀ ਇਹਨਾਂ ਦੇ ਸਕੂਲੇ ਨਹੀਂ ਗਿਆ ਵੀ ਇਹਨਾਂ ਨੂੰ ਪਾਸ ਕਰ ਦਿਓ ਠੀਕ ਹੈ ਜੀ ਮੈਂ ਕਦੀ ਇਹ ਨਹੀਂ ਕਦੀ ਕਿਸੇ ਨੂੰ ਕਿਹਾ ਅੱਜ ਤੱਕ ਵੀ ਇਹਨਾਂ ਦੀ ਕੁਸ਼ਤੀ ਬਣਾ ਦਿਓ ਕਿਆ ਬਾਤ ਸਕੂਲ ਇਹ ਆਪਣੇ ਬਲਬੂਤੇ ਦੇ ਪੜ੍ਹੇ ਨੇ ਠੀਕ ਹੈ ਇਹਨੇ ਗ੍ਰੈਜੂਏਸ਼ਨ ਕੀਤੀ ਹੈ ਜੱਸੇ ਨੇ ਠੀਕ ਹੈ ਜਿਸ ਕਾਰਨ ਪਲੱਸ ਟੂ ਕਰਕੇ ਇੱਥੇ ਆ ਗਿਆ ਬੀ ਏ ਪਾਰਟ ਵਨ ਹੀ ਪੜ੍ਹਦਾ ਸੀ ਉਹਨੇ ਠੀਕ ਹੈ ਮੈਂ ਇੱਕ ਦਿਨ ਵੀ ਟੀਚਰਾਂ ਨੂੰ ਜਾ ਕੇ ਨਹੀਂ ਕਿਹਾ ਵੀ ਮੇਰੇ ਬੱਚਿਆਂ ਨੂੰ ਤੁਸੀਂ ਪਾਸ ਕਰੋ ਇਹ ਜ਼ਰੂਰ ਉਹਨਾਂ ਨੂੰ ਕਹਿਣਾ ਵੀ ਇਹਨਾਂ ਦਾ ਖਿਆਲ ਰੱਖਿਓ ਜੇ ਕੋਈ ਸ਼ਰਾਰਤ ਕਰਨ ਤਾਂ ਮੈਨੂੰ ਦੱਸਿਓ ਜੀ ਠੀਕ ਹੈ ਖੁਰਾਕ ਦਾ ਕੀ ਜਿਹੜਾ ਤੁਸੀਂ ਇਹਨਾਂ ਨੂੰ ਖਿਲਾਉਂਦੇ ਰਹੇ ਨਿੱਕੇ ਹੁੰਦੇ ਨੂੰ ਤੁਸੀਂ ਛੋਟੇ ਜਿਹੇ ਵੇਟ ਚੋਂ 20 ਕਿਲੋ ਤੋਂ ਇਹਨੂੰ ਸੁਪਰ ਸਟਾਰ ਬਣਾਇਆ ਜਾ ਕੁਇੰਟਲ 20 ਕਿਲੋ ਦਾ ਇਹਨੇ ਕੀ ਖਾਣਾ ਇਹ ਤੇ ਕੁਦਰਤ ਦੀ ਦੇਣ ਆ ਉਹਦੀ ਮਿਹਰ ਉਹਨਾਂ ਨੇ ਇਹਨਾਂ ਨੂੰ ਸਰੀਰ ਦਿੱਤਾ ਠੀਕ ਹੈ ਔਰ ਖੁਰਾਕ ਦੇਣੀ ਤੇ ਮੇਰੇ ਖਿਆਲ ਆ ਵੀ ਕੋਈ ਹਰ ਮਾਂ ਬਾਪ ਚਾਹੇ ਉਹ ਜਿੰਨਾ ਵੀ ਮਰਜ਼ੀ ਗਰੀਬ ਹੋਵੇ ਜਾਂ ਜਿੱਦਾਂ ਦਾ ਵੀ ਹੋਵੇ ਬੱਚਿਆਂ ਦੀ ਖਾਹਿਸ਼ ਪੂਰੀ ਕਰਦਾ ਮੈਂ ਇਹਨਾਂ ਨੂੰ ਜਦੋਂ ਛੋਟੇ ਸੀ ਜਦੋਂ ਤਕੜੇ ਵੀ ਹੋਏ ਨੇ ਮੈਂ ਫਰੂਟ ਲਿਆਉਣਾ ਜਿਵੇਂ ਮੈਂ ਸ਼ਹਿਰ ਗਿਆ ਪੇਟੀ ਫਰੂਟ ਦੀ ਲਾਇਆ ਸਿਆਂ ਦੀ ਲਾਇਆ 10 ਕਿਲੋ ਅੰਬ ਲਾਇਆ 5 ਕਿਲੋ ਅਮਰੂਦ ਲਾਇਆ 20 ਕਿਲੋ ਖਰਬੂਜੇ ਲਾਇਆ 15 ਕਿਲੋ ਦਾਣੇ ਲਾਇਆ ਮਤਲਬ ਇਹੋ ਜਿਹੀਆਂ ਚੀਜ਼ਾਂ ਜੋ ਵੀ ਮੌਸਮ ਮੁਤਾਬਕ ਹੁੰਦੀਆਂ ਸੀ ਨਾ ਉਹ ਲਿਆਣ ਕੇ ਬੱਚਿਆਂ ਨੂੰ ਦੇਖਦੀਆਂ ਸੀ ਘਾਟ ਨੀ ਹੋਣ ਦਿੱਤੀ ਘਾਟ ਨੀ ਹੋਣ ਤੇ ਤੇ ਦੁੱਧ ਜਿੰਨਾ ਪੀ ਸਕਣ ਵੱਧ ਤੋਂ ਵੱਧ ਫਿਰ ਜਿਹੜਾ ਉਹ ਕੀ ਰਾਜ ਸੀ ਜਿਹੜਾ ਜੱਸੇ ਨਾਲ ਵੀ ਗੱਲਾਂ ਹੋਈਆਂ ਉਹਦੀ ਇੰਟਰਵਿਊ ਰੋਸਤਮ ਦੀ ਆਵਾਜ਼ ਤੇ ਅਸੀਂ ਕਰਕੇ ਆਏ ਹਾਂ ਵੀ ਉਹ ਕਹਿੰਦੇ ਪਹਿਲਾਂ ਮੈਨੂੰ ਆਪ ਮੇਰੇ ਹਜੇ ਤੇ ਮੇਰੇ ਪਾਪਾ ਹੀ ਮੈਨੂੰ ਜਿਹੜਾ ਖਾਣਾ ਮੇਰਾ ਪਾ ਕੇ ਦਿੰਦੇ ਆ ਇਹਦੇ ਵਿੱਚ ਕੋਈ ਸਪੈਸ਼ਲ ਰਾਜ ਮੈਨੂੰ ਖੁਸ਼ੀ ਮਿਲਦੀ ਆ ਕਿਆ ਬਾਤ ਹੈ ਜੀ ਪਹਿਲਵਾਨ ਮੈਨੂੰ ਖੁਸ਼ੀ ਮਿਲਦੀ ਆ ਮੈਂ ਹੁਣ ਵੀ ਉਹ ਉਹਨੇ ਰੋਟੀ ਖਾਣੀ ਹੋਵੇ ਤੇ ਮੈਂ ਆਪ ਰਸੋਈ ਚੱਲ ਜਾਂਦਾ ਠੀਕ ਹੈ ਆਪ ਰੋਟੀ ਪਾ ਕੇ ਜਾ ਕੇ ਮੈਂ ਉਹਨੂੰ ਫੜਾਉਣੀ ਆ ਜਿੰਨੇ ਜਿਹਨੂੰ ਮੈਂ ਰੋਟੀ ਖਾਣੀ ਆ ਉਹ ਖਾਵੇ 2 ਫੁਲਕੇ ਉਹ ਖਾਵੇ 3 ਫੁਲਕੇ ਉਹ ਮੈਂ ਜਾ ਕੇ ਦੇਣੇ ਉਹਨੂੰ ਜਦੋਂ ਮੈਂ ਘਰ ਆ ਜੇ ਨਹੀਂ ਤੇ ਉਹਦੇ ਹੁਣ ਤੇ ਚਲੋ ਉਹਦੀ ਮੈਰਿਜ ਹੋ ਗਈ ਹੈ
ਜੇ ਉਹ ਲੜਕੀ ਰੋਟੀਆਂ ਪਕਾਉਂਦੀ ਤੇ ਮਾਤਾ ਨੇ ਪਕਾਉਣੀ, ਜੇ ਮਾਤਾ ਪਕਾਉਂਦੀ ਤੇ ਉਹ ਲੜਕੀ ਨੇ ਪਕਾਉਣੀ। ਕਿਆ ਬਾਤ ਹੈ। ਤੇ ਉਹ ਬੜਾ ਵਧੀਆ ਉਹਨਾਂ ਦਾ, ਹੁਣ ਛੋਟੇ ਹੁੰਦਿਆਂ ਤੋਂ ਇਹਨਾਂ ਦੋਵਾਂ ਭਰਾਵਾਂ ਨੂੰ ਤਕਰੀਬਨ ਰੋਟੀ ਮੇਰੇ ਨਾਲ ਹੀ ਖਾਂਦੇ ਸੀ। ਇੱਕ ਇਹਦੇ ਵਿੱਚ ਰਾਜ ਹੋਰ ਹੈਗਾ, ਹਾਂਜੀ, ਇਹ ਮੇਰੇ ਕੋਲੇ ਚਾਰ ਜਣੇ ਸੀਗੇ, ਠੀਕ ਹੈ ਜੀ। ਇੱਕ ਇਹਨਾਂ ਦੇ ਮਾਮੇ ਦਾ ਪੁੱਤ ਸੀਗਾ, ਹਾਂਜੀ, ਤੇ ਇੱਕ ਲਖਵਿੰਦਰ ਦਾ ਕਾਕਾ ਹੈ, ਠੀਕ ਹੈ ਜੀ। ਦੋਵੇਂ ਭਰਾ ਆਏ ਸੀਗੇ, ਹਾਂਜੀ ਹਾਂਜੀ। ਤੇ ਮੈਂ ਸਾਰਿਆਂ ਨੂੰ ਸ਼ਾਮ ਨੂੰ ਇੱਕ ਇੱਕ ਪਾਈਆ ਘਿਓ ਪਾ ਕੇ ਗਲਾਸ ਚ ਕੋਸਾ ਕਰਕੇ ਦੇ ਦੇਣਾ। ਕਿਆ ਬਾਤ ਹੈ ਜੀ। ਮੈਂ ਕਿਹਾ ਵੀ ਇਹ ਪੀਓ, ਹਾਂਜੀ, ਇਹਨਾਂ ਨੇ ਪੀਣਾ ਵੀ, ਠੀਕ ਹੈ। ਇਹਨਾਂ ਨੇ ਡੋਲਣਾ ਵੀ, ਵਿੱਚ ਡੋਲਣ ਵਾਲੇ ਵੀ ਹੋਣੇ। ਨਹੀਂ, ਇਹ ਵੀ ਡੋਲ ਦਿੰਦਾ ਸੀ ਕਦੇ ਕਦੇ, ਠੀਕ ਹੈ ਜੀ। ਹਾਂ, ਚਾਰ ਚੂਰ ਨਾਲ ਲੈਣਾ ਪੂਰਾ, ਅੱਛਾ ਜੀ। ਤੇ ਉਹ ਜਿੰਨਾ ਕੁ ਪੀਤਾ ਜਾਣਾ ਪੀ ਲੈਣਾ, ਬਾਕੀ ਇਹਨਾਂ ਨੇ ਡੋਲਣਾ ਵੀ, ਕੰਧਾਂ ਮੈਨੂੰ ਪਤਾ ਵੀ ਲੱਗ ਜਾਣਾ, ਠੀਕ ਹੈ, ਵੀ ਕਿਹਨੇ ਡੋਲਤਾ, ਇਹਨਾਂ ਡੋਲਿਆ ਵੀ ਆ, ਕਿੱਦਾਂ ਕੁ ਪੀਤਾ, ਕਿੱਦਾਂ ਡੋਲਤਾ। ਮੈਨੂੰ ਇਹ ਹੁੰਦਾ ਸੀ ਕਰਾਂ ਵੀ ਇਹਨਾਂ ਦੇ ਅੰਦਰ ਚੱਲ ਜੇ, ਭਾਵੇਂ ਮੁੜ ਕੇ ਬੇਹ ਬਾਹਰ ਨਿਕਲ ਜੇ, ਕੋਈ ਰਹਿ ਗਿਆ ਹੋਊਗਾ ਵੀ ਅੰਦਰੋਂ ਮੁੜੂਗਾ, ਲੱਗਾ ਰਹਿ ਜਾਊਗਾ। ਹਾਂ, ਮੈਂ ਪੀਪਿਆਂ ਦੇ ਪੀਪੇ ਘਿਓ ਇਸ ਤਰ੍ਹਾਂ ਇਹਨਾਂ ਚੌਂ ਜਣਿਆਂ ਨੂੰ ਨਾ ਲਿਆ ਕੇ, ਤੇ ਘਿਓ ਦੀ ਜਿਹੜੀ ਡਿਊਟੀ ਹੁੰਦੀ ਉਹ ਮੇਰੀ ਹੁੰਦੀ, ਇਹ ਆਪਦੀ ਮਾਂ ਨੂੰ ਪਤਰਾ ਦਿੰਦੇ ਸੀਗੇ, ਠੀਕ ਹੈ, ਕਿ ਮੰਮਾ ਨਹੀਂ ਸਵਾਦ ਲੱਗਦਾ, ਨਹੀਂ ਪੀਤਾ ਜਾਂਦਾ, ਤੂੰ ਆਪਦੀ ਪਿਆਤਾ ਸੀਗਾ, ਹਾਂਜੀ, ਤੂੰ ਆਂਦੀ ਵੀ ਮੈਂ ਕਿਹਾ ਵੀ ਝੂਠ ਬੋਲੂੰਗੀ, ਠੀਕ ਹੈ ਜੀ, ਥੋੜਾ ਪੀ ਲਓ ਤੁਸੀਂ, ਥੋੜਾ ਪੀ ਲਓ ਜੀ। ਉਹਨਾਂ ਦੇ ਇਹਨਾਂ ਨੇ ਚਲੋ ਉਹਨਾਂ ਨੇ ਥੋੜਾ ਪਿਆ, ਮਾਂ ਦਾ ਵੀ ਬਹੁਤ ਵੱਡਾ ਰੋਲ ਹੈ ਬੱਚੇ ਦਾ, ਉਹ ਪੂਰਾ ਖਾਂਦਾ, ਜਾਂ ਕੋਈ ਤੁਹਾਨੂੰ ਕਦੇ ਕਿਹਾ ਗਿਆ ਵੀ ਇਹ ਮੀਟ ਨਹੀਂ ਬਣਨਾ ਘਰ 'ਚ, ਆਹ ਨਹੀਂ ਕਰਨਾ, ਕੋਈ ਗੱਲ ਹੋਈ ਕਦੇ ਤੁਹਾਡੇ ਟਾਈਮ? ਕਦੇ ਨਹੀਂ, ਹਾਂਜੀ। ਮੇਰੇ ਟਾਈਮ 'ਤੇ ਮੇਰੇ ਮਾਤਾ ਜੀ ਮੇਰੀ ਰੋਟੀ ਬਣਾਉਂਦੇ ਸੀ, ਠੀਕ ਹੈ ਜੀ, ਉਦੋਂ ਸਿਸਟਮ ਹੋਰ ਸੀਗਾ, ਠੀਕ ਹੈ। ਅਸੀਂ 6 ਭਰਾ ਸੀਗੇ, ਇੱਕ ਸਾਡੀ ਭੈਣ ਸੀ, ਠੀਕ ਹੈ ਜੀ। ਤੇ ਉਹਨਾਂ ਨੇ ਮੇਰੀ ਰੋਟੀ ਬਣਾਈ ਆ, ਤੇ ਕਿਸੇ ਨੂੰ ਉਹਨਾਂ ਨੇ ਵਿਖਾਉਣੀ ਨਹੀਂ, ਉਹਨਾਂ ਢੱਕ ਕੇ ਰੱਖਦੇ ਨੇ, ਜਦੋਂ ਮੈਂ ਆਉਣਾ ਮੈਨੂੰ ਖਵਾਉਣੀ ਆ। ਕਿਆ ਬਾਤ ਹੈ ਜੀ। ਹਾਂਜੀ, ਤੇ ਮੇਰੇ ਬਾਪੂ ਜੀ ਹੋਣਾ ਦੀ 100 ਸਾਲ ਦੀ ਉਮਰ ਹੋ ਗਈ ਉਦੋਂ, ਠੀਕ ਹੈ, ਜਦੋਂ ਮੇਰੇ ਬਦਾਮ ਰਗੜਦੇ ਸੀ, ਤੇ ਨਾਲੇ ਬਦਾਮ ਮੈਂ ਮਿਹਨਤ ਲਾਉਣੀ, ਉਹਨਾਂ ਬਦਾਮ ਰਗੜਨੇ, ਤੇ ਬਾਅਦ 'ਚ ਉਹਨਾਂ ਨੇ ਮੇਰੀ ਮਾਲਿਸ਼ ਕਰਨੀ। ਉਦੋਂ ਤੁਸੀਂ ਫੌਜ 'ਚ ਭਰਤੀ ਹੋ ਗਏ ਸੀ ਪਹਿਲਵਾਨ ਜੀ, ਕਿਉਂਕਿ ਤੁਹਾਡੇ ਨਾਲ ਜਿਹੜਾ ਸਿਲਵਿੰਦਰ ਸ਼ਿੰਦੇ ਦੇ ਨਾਲ ਦੇ ਨਾਂ ਜੁੜਿਆ, ਜਿਹੜਾ ਫੌਜੀ ਨਾਂ ਦਾ ਜੁੜਿਆ ਤੁਹਾਡੇ ਨਾਲ, ਫੌਜ 'ਚ ਤੁਸੀਂ ਹੋਏ ਸੀ, ਭਲਵਾਨੀ ਬਾਅਦ 'ਚ ਸ਼ੁਰੂ ਕੀਤੀ ਹੈ? ਹਾਂਜੀ, ਭਲਵਾਨੀ ਬਾਅਦ ਸ਼ੁਰੂ ਕੀਤੀ ਜੀ। ਪਹਿਲਾਂ ਨਿੱਕਾ ਮੋਟਾ ਜਿਵੇਂ ਪਿੰਡਾਂ ਦੇ ਵਿੱਚ ਸਾਵਿਆਂ ਦੇ ਵਿੱਚ, ਤੀਆਂ ਦੇ ਵਿੱਚ, ਠੀਕ ਹੈ, ਮੁੰਡੇ ਘੁਲਦੇ ਆ, ਠੀਕ ਹੈ ਜੀ, ਉਹ ਤਰ੍ਹਾਂ ਐਵੇਂ ਬਸ ਨਿਆਣਿਆਂ ਨੂੰ ਘੁਲ ਲਈਦਾ ਸੀ, ਭਲਵਾਨੀ ਨਹੀਂ ਕਰਦੇ, ਠੀਕ ਹੈ। ਜਿਹੜੀ ਕੋਈ ਪਹਿਲੀ ਕੁਸ਼ਤੀ ਜਿਹੜੀ ਤੁਸੀਂ ਲੜੀ ਆ ਉੱਥੇ ਇਲਾਕੇ 'ਚ, ਤੁਹਾਡਾ ਮਨ ਪੈ ਗਿਆ ਵੀ ਮੈਂ ਹੁਣ ਜਿਹੜਾ ਰੁਸਤਮੇ ਲਹਿੰਦ ਕੇ ਸੀ ਬਣਨਾ, ਉਹ ਟਾਈਮ ਮਤਲਬ ਮੇਹਰਦੀਨ ਹੋਣੇ ਹੁੰਦੇ ਸੀ ਤੁਹਾਡੇ ਨਾਲ ਪਹਿਲਾਂ, ਜਿੱਦਾਂ ਚਾਹ। ਹਾਂਜੀ, ਮੇਰੇ ਉਸਤਾਦ ਸੀ ਭਲਵਾਨ ਸੰਤੋਖ ਸਿੰਘ ਜੀ, ਬਹੁਤ ਵਧੀਆ, ਉਹ ਮੇਰੇ ਦਾਦਾ ਗੁਰੂ ਨੇ, ਉਹਨਾਂ ਨੂੰ ਦੱਸਦੇ ਵੀ ਏਦਾਂ ਕੋਠੇ ਤੇ ਏਦਾਂ ਰੱਖ ਦਿੰਦੇ, ਏਡੇ ਜਵਾਨ ਸੀ। ਹਾਂਜੀ, ਏਡੇ ਜਵਾਨ ਸੀਗੇ ਜੀ। ਹਾਂਜੀ, ਤੇ ਮੇਰੇ ਨਾਲ ਉਹਨਾਂ ਦਾ ਜਦੋਂ ਮੈਂ ਉਹਨਾਂ ਨੂੰ ਭਲਵਾਨ ਜੀ ਉਹਨਾਂ ਨੂੰ ਪੱਗ ਦਿੱਤੀ ਆ, ਮੇਰੇ ਨਾਲ ਬਹੁਤ ਪਿਆਰ ਆਖਰੀ ਦਮ ਤੱਕ ਉਹਨਾਂ ਦਾ ਪਿਆਰ ਰਿਹਾ ਹੈ। ਭਲਵਾਨ ਬੰਤਾ ਸਿੰਘ ਜੀ ਜਿਉਂਦੇ ਰਹੇ ਆ, ਉਹ ਵੀ ਮੇਰੇ ਕੋਲ ਆਉਂਦੇ ਰਹੇ ਆ, ਬਹੁਤ ਨੇਕ ਇਨਸਾਨ ਸੀਗੇ, ਠੀਕ ਹੈ। ਤੇ ਇਸ ਤਰ੍ਹਾਂ ਫਿਰ ਜੀਦਾਰੀ ਦਾ ਤੁਹਾਡੇ ਬਹੁਤ ਨਾਂ ਸੁਣਿਆ ਸਾਡੇ ਵੀ, ਤੁਸੀਂ ਇਹ ਦਰਸ਼ ਭਲਵਾਨ ਰਹੇ ਆ, ਮੈਂ ਅਸੀਂ ਹਮੇਸ਼ਾ ਗੱਲ ਕਰੀ ਦੀ ਆ ਕਿਤੇ ਵੀ ਇੰਟਰਵਿਊ ਤੇ ਵੀ, ਅਸੀਂ ਸ਼ਿੰਦੇ ਦੇਖ ਕੇ ਜੋ ਲਲਕਾਰਾ ਮਾਰ ਕੇ ਤੁਸੀਂ ਵਿੱਚ ਆਉਂਦੇ ਸੀ, ਉਹ ਜਿਹੜੀ ਲਲਕਾਰੇ ਵਾਲੀ ਗੱਲ ਜ਼ਰੂਰ ਦੱਸੋ, ਜਿਹੜੀ ਜੈ ਮੇਰੇ ਦਾਤਾ ਕਰਕੇ ਤੁਸੀਂ ਆਉਣਾ ਮੈਦਾਨ 'ਚ, ਵੀ ਕਿੱਥੋਂ ਸ਼ੁਰੂ ਹੋਈ ਤੁਹਾਡਾ, ਕਿੱਦਾਂ ਮਨ ਬਣਿਆ ਵੀ ਮੈਂ ਇੱਦਾਂ ਜਾਣਾ? ਇਹ ਸੀ ਵੀ ਸਾਡੇ ਉਸਤਾਦ ਜੀ ਵੀ ਬੜੇ ਜੀਦਾਰ ਸੀਗੇ, ਠੀਕ ਹੈ, ਸਾਰੇ ਭਲਵਾਨ ਜਾਣਦੇ ਆ ਵੀ ਸੰਤੋਖ ਭਲਵਾਨ, ਬਹੁਤ ਦਲੇਰ ਤੇ ਅਣਖੀ ਬੰਦੇ ਇਹ। ਕਿਆ ਬਾਤ। ਤੇ ਅਸੀਂ ਇੱਕ ਵਾਰ ਮਾੜੀ ਕੰਬੋ ਕੀ ਛਿੰਝ ਹੋਈ, ਹਾਂਜੀ, ਸਾਡੇ ਲਾਗੇ ਮਾੜੀਆਂ ਨੇ 4-5, ਠੀਕ ਹੈ ਜੀ, ਤੇ ਉੱਥੋਂ ਸਾਡੇ ਲਾਗੇ ਦੇ ਪਹਿਲਵਾਨ ਸੀਗੇ ਸੁਰਜਨ ਸਿੰਘ ਦਲੀਰ ਜੀ, ਠੀਕ ਹੈ ਜੀ, ਜਵਾਨ ਤੇ ਬਹੁਤੇ ਵੱਡੇ ਨਹੀਂ ਸੀ, ਲੇਕਿਨ ਬਹੁਤ ਵੱਡਿਆਂ ਜਵਾਨਾਂ ਨਾਲ ਘੁਲੇ ਉਹ, ਠੀਕ ਹੈ ਜੀ, ਅਰਜਨ ਟੋਟੀ ਹੋਣਾ ਨਾਲ ਸਾਨੂੰ ਪਤਾ ਲੱਗਾ ਉਹ ਕੁਸ਼ਤੀ ਹੋਈ ਉਹਨਾਂ ਦੀ, ਠੀਕ ਹੈ ਜੀ, ਹੋਰ ਵੀ ਵੱਡਿਆਂ ਜਵਾਨਾਂ ਨਾਲ ਘੁਲੇ ਆ, ਲੇਕਿਨ 80 ਕਿਲੋ ਭਾਰ ਰਿਹਾ ਸੀ, ਉਹਨਾਂ ਨੂੰ ਪੁੱਛਿਆ ਸੀ, ਉਹ ਆਏ ਉੱਥੇ ਤੇ ਇੱਕ ਲਾਈਨ 'ਚ ਭਲਵਾਨ ਬੈਠੇ ਸੀ ਸਾਰੇ, ਹਾਂਜੀ, ਜਿਹੜੇ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਸੀਗੇ ਉਸ ਏਰੀਏ ਦੇ ਸੀ, ਠੀਕ ਹੈ, ਅਤੇ ਉਹ ਬਜ਼ੁਰਗ ਹੋਏ ਸੀ ਬਿਲਕੁਲ, ਉਦੋਂ 80-82 ਸਾਲ ਦੀ ਉਮਰ ਹੋਈ ਸੀਗੀ ਉਹਨਾਂ ਦੀ, ਅਤੇ ਤੁਰਿਆ ਤੁਰਿਆ ਨਹੀਂ ਜਾਂਦਾ, ਅਤੇ ਖੋਤੀ ਛੁਰੀ ਜੀ ਉੱਤੇ ਬਹਿ ਕੇ ਆਏ ਉਹ, ਅੱਛਾ ਜੀ, ਉਦੋਂ ਹੋਰ ਕੋਈ ਕੋਨਸਾਂ ਨਹੀਂ ਹੁੰਦੀਆਂ ਲੋਕਾਂ ਕੋਲ, ਮੋਟਰਸਾਈਕਲ ਸਕੂਟਰ ਦੀ ਸੀਗੀ, ਠੀਕ ਹੈ ਜੀ, ਅਤੇ ਇੱਕ ਉਹਨਾਂ ਨੂੰ ਉੱਥੇ ਆਉਣਾ ਸੌਖਾ ਸੀ, ਠੀਕ ਹੈ ਜੀ, ਉਹਨਾਂ ਦਾ ਲਾਗੇ ਪਿੰਡ ਸੀਗਾ, ਹਾਂਜੀ, ਸਾਰੇ ਭਲਵਾਨ ਉੱਠੇ ਉਹਨਾਂ ਨੂੰ ਦੁਆ ਸਲਾਮ ਕੀਤੀ, ਜਦੋਂ ਮੇਰੇ ਕੋਲ ਆਏ ਮੇਰੇ ਤੋਂ ਵੀ ਥੋੜ੍ਹੀ ਦੂਰ ਸੀ, ਮੈਂ ਵੀ ਉੱਠਿਆ, ਮੈਂ ਵੀ ਉੱਠ ਕੇ ਉਹਨਾਂ ਨੂੰ ਦੁਆ ਸਲਾਮ ਕੀਤੀ, ਸੁੱਖ ਸੰਗ ਪੁੱਛੀ, ਅਤੇ ਉਹਨਾਂ ਨੇ ਮੁੰਡਿਆਂ ਨੂੰ ਪੁੱਛਿਆ ਵੀ ਉਹ ਮਾਲੀ ਦੇ ਕਿੰਨੇ ਕੋਲ ਨਾ, ਝੰਡੀ ਦੇ ਕਿੰਨੇ ਕੋਲ ਨਾ, ਆਉਂਦੇ ਜੀ ਉਹ ਫੌਜੀ ਆਇਆ ਉਹ ਭਾਵੇਂ ਕੋਲੇ, ਠੀਕ ਹੈ ਜੀ, ਉੱਥੇ ਬੈਠੇ ਸਾਰੇ ਭਲਵਾਨ ਸਾਡੇ ਏਰੀਏ ਦੇ ਮੁੰਡੇ,
ਸਾਡੇ ਜਿਹੜੇ ਸਮਕਾਲੀ ਸੀਗੇ, ਮੇਰੇ ਦਿਮਾਗ ਚ ਇੱਕ ਗੱਲ ਆਈ ਵੀ ਇਹਦਾ ਹੋਵੇ ਮੇਰੇ ਤੋਂ ਡਰਦੇ ਆ ਜਿਹੜਿਆਂ ਦੇ ਵੀ ਫੌਜੀ ਘੁਲੂਗਾ। ਠੀਕ ਹੈ ਜੀ। ਇੱਕ ਫਿਰ ਉਹ ਜਦੋਂ ਭਲਵਾਨ ਹੋਣੀ ਆਏ ਮੇਰੇ ਲਾਗੇ ਤੇ ਉਹਨਾਂ ਮੈਨੂੰ ਗੱਲਬਾਤ ਪੁੱਛੀ ਤੇ ਮੈਂ ਉਹਨਾਂ ਨੂੰ ਦੱਸਿਆ ਇਹ ਕਿਹੜਾ ਪਿੰਡ ਆ, ਮੈਂ ਜੀ ਮੇਰਾ ਪਿੰਡ ਚੂਸਰੇਵਾੜ ਆ, ਕਿਹੜਾ ਪਰਿਵਾਰ ਕਿੱਦਾਂ ਜੋ ਕੀ ਕਿੱਦਾਂ, ਉਹਨਾਂ ਇੱਕ ਦੋ ਗੱਲਾਂ ਪੁੱਛੀਆਂ ਮੈਨੂੰ, ਮੈਂ ਗੱਲਾਂ ਚੋਂ ਸੜਕ ਦੇ ਉੱਤੇ ਸਾਡਾ ਘਰ ਆ। ਠੀਕ ਹੈ ਜੀ। ਆਹਦੇ ਕੋਈ ਪਛਾਣ ਹੁੰਦੀ ਆ ਬੰਦੇ ਦੀ, ਆਪਣੀ ਪਛਾਣ ਬਣਾਇਆ ਕਰੋ, ਕੋਈ ਪਛਾਣ ਬਣਾਓ ਆਪਦੀ। ਠੀਕ ਹੈ ਜੀ। ਮੈਂ ਭਲਵਾਨ ਜੀ ਪਛਾਣ ਕੀ ਹੁੰਦੀ ਸਾਨੂੰ ਤਾਂ ਪਤਾ ਕੋਈ ਨਹੀਂ ਆ, ਹਾਂਜੀ ਹਾਂਜੀ, ਕਿਵੇਂ ਪਛਾਣ ਬਣਾਉਣੀ ਆ। ਠੀਕ ਹੈ ਜੀ। ਉਹ ਆਪ ਲਲਕਾਰੇ ਮਾਰਦੇ ਹੁੰਦੇ ਸੀ ਪਹਿਲੇ ਟਾਈਮ ਵਿੱਚ, ਪਹਿਲੇ ਸਮਿਆਂ ਦੇ ਵਿੱਚ। ਠੀਕ ਹੈ ਜੀ। ਉਦੋਂ ਤਕਰੀਬਨ ਦੱਸਦੇ ਵੀ ਜ਼ਿਆਦਾਤਰ ਭਲਵਾਨ ਲਲਕਾਰੇ ਮਾਰਦੇ ਜਾਂ ਫਿਰ ਮੇਹਰ ਭਲਵਾਨ ਵੀ ਮਾਰਦੇ ਰਹੇ ਬਾਅਦ ਚ, ਗਰਦਾਵਰ ਭਲਵਾਨ ਵੀ, ਹਾਂਜੀ ਗਰਦਾਵਰ ਭਲਵਾਨ ਵੀ, ਹਾਂਜੀ ਹਾਂਜੀ। ਤੇ ਉਹਨਾਂ ਨੇ ਮੈਨੂੰ ਕਿਹਾ, ਹਾਂਜੀ ਹਾਂਜੀ, ਵੀ ਜੇ ਆਪਣੀ ਪਛਾਣ ਬਣਾਉਣੀ ਹੈ ਨਾ ਤੇ ਤੁਸੀਂ ਲਲਕਾਰੇ ਮਾਰਿਆ ਕਰੋ। ਠੀਕ ਹੈ ਜੀ। ਮੈਂ ਜੀ ਮਾਰੇ ਨੀ ਕਦੀ, ਕਹਿੰਦੇ ਮਾਰਨ ਲੱਗੋਗੇ ਆਪੇ ਪਤਾ ਲੱਗ ਜਾਊ ਕਿਵੇਂ ਮਾਰਨੇ। ਕਿਆ ਬਾਤ ਹੈ ਜੀ, ਕਿਆ ਬਾਤ। ਉਹਨਾਂ ਨੇ ਮੈਨੂੰ ਇਹ ਉਹਨਾਂ ਦੀ ਦੇਣ ਆ ਪਹਿਲਾਂ ਸੁਰਜਨ ਸਿੰਘ ਦਲੇਰੀ ਦੀ। ਹਾਂਜੀ ਹਾਂਜੀ। ਫਿਰ ਮੈਂ ਉਸ ਦਿਨ ਤੋਂ ਅਗਲੇ ਦਿਨ ਤੋਂ ਮੈਂ ਲਲਕਾਰੇ ਮਾਰਨੇ ਸ਼ੁਰੂ ਕਰਤੇ। ਕਿਆ ਬਾਤ ਹੈ। ਫਿਰ ਮੇਰਾ ਰੁਟੀਨ ਹੀ ਬਣ ਗਿਆ, ਮੈਂ ਕਿਤੇ ਗਿਆ ਦਿੱਲੀ ਜਾਵਾਂ ਦੱਖਣ ਜਾਵਾਂ ਜਿੱਥੇ ਜਾਵਾਂ ਮੈਂ ਲਲਕਾਰੇ ਮਾਰ ਕੇ ਬਹਿਣਾ। ਬਹੁਤ ਵੱਡੀ ਗੱਲ ਹੈ ਭਲਵਾਨ ਜੀ, ਜਿਹੜਾ ਵੜਕ ਮਾਰ ਕੇ ਕਹਿੰਦੇ ਵਿੱਚ ਬਹਿਣਾ, ਨਹੀਂ ਤਾਂ ਅੱਜ ਕੱਲ੍ਹ ਥਾਪੀ ਮਾਰਨ ਲੱਗਾ ਵੀ ਬੰਦਾ ਦੇਖਦਾ ਵੀ ਥਾਪੀ ਮਾਰ ਕੇ ਵੀ ਜੇ ਬੈਗ ਗੇਅਰ ਪਾਇਆ ਤਾਂ ਜਿਹੜੀ, ਕਿਉਂਕਿ ਉਸ ਟਾਈਮ ਤਾਂ ਪਤਾ ਵੀ ਨੀ ਹੁੰਦਾ ਮੋਹਰੇ ਪਹਿਲਵਾਨ ਕਿਹੜਾ ਆ, ਇਹ ਨੀ ਪਤਾ ਹੁੰਦਾ ਵੀ ਅਗਲੇ ਬੰਦੇ ਕਿਹਦੇ ਨਾਲ ਹੋਣੀ ਕਿਹਦੇ ਨਾਲ ਨਹੀਂ ਹੋਣੀ, ਤੇ ਇਹ ਵੀ ਕਦੀ ਡਰ ਨਹੀਂ ਲੱਗਾ ਵੀ ਘੁਲਣ ਜਾਣਾ ਹੈ, ਤਿਆਰੀ ਨਹੀਂ ਗੀ ਜਾਂ ਕੌਣ ਆਜੂ ਅੱਗੇ ਕੀ ਹੋਊਗਾ, ਕਦੀ ਮਨ ਦੇ ਵਿੱਚ ਵਿਚਾਰ ਹੀ ਨਹੀਂ ਆਇਆ ਵੀ ਜਾਣਾ ਹੈ ਤੇ ਘੁਲਣਾ ਹੈ, ਬਸ ਕੋਈ ਆ ਜਾਏ ਮੈਂ ਤੇ ਘੁਲਣਾ ਹੀ ਘੁਲਣਾ ਮਾਲੀ ਤੇ ਘੁਲਣਾ। ਕੋਈ ਉਸ ਟਾਈਮ ਦੀਆਂ ਤੁਹਾਡੀਆਂ ਜਿਹੜੀਆਂ ਬੈਟ ਘੋਲਾਂ ਤਾਂ ਸਾਰੀਆਂ ਅਸਲ ਵਧੀਆ ਹੋਈਆਂ, ਜਿਹੜੀਆਂ ਕੋਈ ਸਾਡੇ ਜਿਹੜੇ ਦੇਖ ਰਹੇ ਇਸ ਟਾਈਮ ਦੇਖ ਰਹੇ ਆ ਤੁਹਾਨੂੰ, ਉਹਨਾਂ ਨੂੰ ਕਿਹੜਾ ਕਿੱਸਾ ਸ਼ੇਅਰ ਕਰਨਾ ਚਾਹੁੰਦੇ ਹੋ ਤੁਸੀਂ, ਕਿਹੜੀ ਘੋਲਾਂ ਅਬਲ ਤਾਂ ਸਾਰੀਆਂ ਵਧੀਆ ਆ। ਮੇਰੇ ਲਈ ਸਾਰੀਆਂ ਵਧੀਆ ਰਹੀਆਂ ਨੇ, ਉਦੋਂ ਸੁਣਨ ਨੂੰ ਕਿਹੜਾ ਕੰਮ ਹੁੰਦਾ ਜਿਆਦਾ। ਹਾਂਜੀ ਹਾਂਜੀ। ਤੇ ਭਲਵਾਨ ਖੁੱਲੇ ਖੁੱਲੇ ਹੱਥ ਵੀ ਮਾਰਦੇ ਰਹਿੰਦੇ ਇੱਕ ਦੂਜੇ ਦੇ, ਇੰਨਾ ਉਦੋਂ ਗੁੱਸਾ ਨਹੀਂ ਕਰਦੇ। ਹਾਂਜੀ ਹਾਂਜੀ। ਤੇ ਦੂਜੀ ਗੱਲ ਇਹ ਵੀ ਜਿਵੇਂ ਹੁਣ ਇੱਕ ਦੂਜੇ ਦਾ ਵੈਰੋ ਜਿਹਾ ਕਰਦੇ ਨਾ ਭਲਵਾਨ ਘੁਲਦੇ ਸੀ। ਠੀਕ ਹੈ। ਵਿੱਚ ਕਈ ਵਾਰੀ ਅਸੀਂ ਲੜ ਵੀ ਪੈਂਦੇ ਹਾਂ, ਕਿਸਾਨੋਂ ਕਿਸੇ ਨਹੀਂ ਹੋ ਪੈਂਦੇ ਹਾਂ, ਬਹੁਤ ਥਾਂ ਤੇ ਹੋਈਆਂ ਲੜਾਈਆਂ ਤੁਹਾਡੀਆਂ ਆਲਮਗੀਰ ਦੇ ਪਹਿਲਵਾਨ ਸੀਗੇ। ਹਾਂਜੀ। ਹੋ ਜਾਂਦੀਆਂ ਪਰ ਉਹਨਾਂ ਚਿਰ ਜਿੰਦਰ ਵੇਚਿਆ। ਹਾਂਜੀ। ਫਤਿਹ ਨਾਲ ਵੀ ਪਹਿਲਵਾਨ ਜੀ ਘੋਲ ਹੋਈ ਉਦੋਂ। ਹਾਂਜੀ ਹਾਂਜੀ, ਫਤਿਹ ਨਾਲ ਮੇਰੇ ਸੱਤ ਘੋਲ ਹੋਏ ਨੇ। ਸੱਤ ਘੋਲ ਹੈ। ਹਾਂਜੀ ਹਾਂਜੀ। ਤਾਂ ਮੁੜ ਕੇ ਕੇਰ ਸ਼ਮੇਰ ਤੇ ਸਾਰੇ ਭਰਾਵਾਂ ਨਾਲ ਘੋਲ, ਇਹਨਾਂ ਦੇ ਬੇਅੰਤੀ ਹੈ ਜੀ, ਇਹਨਾਂ ਨਾਲ ਵੀ ਬਹੁਤ, ਇਹਨਾਂ ਦੇ ਕੋਈ ਗਿਣਤੀ ਨਹੀਂ ਨਾ। ਹਾਂਜੀ ਹਾਂਜੀ। ਕਿੰਨੇ ਹੋਏ ਨੇ? ਠੀਕ। ਹਾਂਜੀ। ਨੰਦੇ ਨਾਲ ਵੀ ਹੋਏ, ਮਰੀਗ ਨਾਲ ਵੀ ਹੋਏ, ਆਲਮਗੀਰ ਖਾੜੇ ਦੇ। ਮੈਂ ਕਹਿੰਦਾ ਮੈਨੂੰ ਇਦਾਂ ਲੱਗਦਾ ਜਿਹੜਾ ਪੰਜਾਬ ਚੋਂ ਛਿੰਦਾ ਇਕੱਲਾ ਹੀ ਇੱਕ ਪਾਸੇ ਸੀ, ਬਾਕੀ ਭਲਵਾਨੀ ਸਾਰੀ ਇੱਕ ਪਾਸੇ ਸੀ। ਹਾਂਜੀ ਹਾਂਜੀ। ਮੈਂ ਇਹ ਆ ਵੀ ਬਹੁਤ ਵਾਹਿਗੁਰੂ ਦੀ ਕਿਰਪਾ ਰਹੀ ਆ, ਚਾਹੇ ਉੱਥੇ ਆ ਗਏ ਨੇ ਆਲਮਗੀਰ ਵਾਲੇ ਭਲਵਾਨ, ਚਾਹੇ ਉੱਥੇ ਆ ਗਏ ਨੇ ਸਰਵਣ ਹੋਣੀ, ਚਾਹੇ ਉੱਥੇ ਆ ਗਏ ਹੋਰ ਕੋਈ ਹਰਿਆਣੇ ਦਾ ਆ ਗਿਆ ਜਾਂ ਕੋਈ ਪੰਜਾਬ ਦਾ ਆ ਗਿਆ, ਇੱਕ ਵੱਲੋਂ ਛਿੰਦੇ ਨੇ ਮਾਲੀ ਦੇ ਘੋਲਣਾ, ਦੂਜੇ ਵੱਲੋਂ ਜਿਹੜਾ ਮਰਜ਼ੀ ਆ, ਜਿਹੜਾ ਮਰਜ਼ੀ, ਮੇਰਾ ਜਿੰਨੇ ਚਿਰ ਮੈਂ ਰਿਹਾ ਹੈ ਫੀਲਡ ਦੇ ਵਿੱਚ ਮੇਰਾ ਇਹ ਰਿਹਾ ਹੈ। ਠੀਕ ਹੈ। ਉਹਦੇ ਚ ਭਲਵਾਨ ਜੀ ਤੁਸੀਂ ਜੱਸੇ ਨੂੰ ਵੀ ਇੱਦਾਂ ਤਿਆਰ ਕੀਤਾ, ਤੁਹਾਡੇ ਮਨ ਚ ਕਿੱਦਾਂ ਇਹ ਖਿਆਲ ਵਧੀਆ ਸੀਗਾ, ਤੁਹਾਨੂੰ ਲੱਗਦਾ ਸੀ ਬਈ ਤੁਸੀਂ ਵੀ ਜਿਹੜਾ ਇਹ ਮਿੱਟੀ ਤੋਂ ਸ਼ੁਰੂ ਹੋਏ ਆ, ਅੱਬਲ ਤਾਂ ਗੱਦੇ ਤੇ ਵੀ ਘੁਲਦੇ ਰਹੇ ਆ, ਕੀ ਕਾਰਨ ਸੀ ਜਿਹੜਾ ਗੱਦੇ ਤੋਂ ਵੀ ਤੁਸੀਂ ਆਪ ਨੈਸ਼ਨਲ ਚੈਂਪੀਅਨ ਰਹੇ ਆ, ਤੁਸੀਂ ਵੀ ਕੀ ਕਾਰਨ ਸੀ ਜਿਹੜਾ ਪਿੱਛੇ ਨੂੰ? ਭਲਵਾਨ ਜੀ ਮੇਰੇ ਨਾਲ ਬੜੀਆਂ ਧੱਕੇਸ਼ਾਹੀਆਂ ਹੋਈਆਂ ਨੇ। ਠੀਕ ਹੈ ਜੀ। ਧੱਕੇਸ਼ਾਹੀਆਂ ਕਰਨਾ ਸੁਣ ਵੀ ਰਹੇ ਹੋਣਗੇ ਹੁਣ। ਕਿਆ ਬਾਤ ਹੈ ਜੀ। ਭਈ ਹੋਣੀ ਸੀ ਸਾਊਥ ਏਸ਼ੀਆ ਬੰਬੇ। ਠੀਕ ਹੈ ਜੀ। ਮੈਂ ਕੈਂਪ ਚ ਕੈਂਪ ਲਾਇਆ। ਹਾਂਜੀ। ਉੱਥੇ ਕਰਤਾਰ ਪਹਿਲਵਾਨ ਦੇ ਮਨਿਆਸ ਆਏ, ਇਹਨਾਂ ਨੇ ਨਵਾਂ ਬੇਟਾ ਨੇ ਟ੍ਰਾਇਲ ਲਾਇਆ, ਮੇਰਾ ਵੇਟ ਛੱਡਤਾ, ਛੱਡ ਦਿੱਤਾ। ਮੈਂ ਦੋ ਵਾਰੀ ਕਿਹਾ, ਮੈਂ ਕਿਹਾ ਵੀ ਮੇਰੇ ਵੀ ਟ੍ਰਾਇਲ ਲਓ, ਮੇਰੇ ਟ੍ਰਾਇਲ ਕਿਉਂ ਨੀ ਤੁਸੀਂ ਲੈਂਦੇ ਨੱਬੇ ਕਿਲੋ ਦੇ ਵਿੱਚ? ਠੀਕ ਹੈ ਜੀ। ਮੈਨੂੰ ਕਹਿੰਦੇ ਤੇਰੇ ਬੰਬੇ ਚੜ ਕੇ ਲਵਾਂਗੇ। ਅੱਛਾ ਜੀ। ਮੈਂ ਵੀ ਮੇਰੇ ਬੰਬੇ ਚੜ ਕੇ ਕਿਉਂ ਲਓਗੇ ਤੁਸੀਂ? ਹਾਂਜੀ ਹਾਂਜੀ। ਮੇਰੇ ਲਈ ਤੇ ਲਓ। ਹਾਂਜੀ। ਇਹਨਾਂ ਨੇ ਫਿਰ ਮੇਰੀ ਥਾਂ ਤੇ ਭੀਮ ਨੂੰ ਲੈ ਕੇ ਗਏ, ਜੋ ਗੁਰੂ ਹਨੂੰਮਾਨ ਖੜੇ ਦਾ, ਕਿਉਂ ਮੇਰੇ ਤੋਂ ਮਾੜਾ ਨਿਕਲਦਾ। ਠੀਕ ਹੈ ਜੀ। ਉਹਨੂੰ ਉੱਦਾਂ ਲੈ ਗਏ? ਹਾਂ, ਉਹਨੂੰ ਉੱਦਾਂ ਲੈ ਗਏ, ਮੇਰੇ ਟ੍ਰਾਇਲ ਨਹੀਂ ਲਏ। ਬਿਲਕੁਲ। ਇਹ ਵਜ੍ਹਾ ਕੀ ਜਿੱਦਾਂ ਲੜਾਈ ਦੀ ਜਾਂ ਕੀ ਕਾਰਨ? ਵਜ੍ਹਾ ਜੈਲਸੀ, ਵੀ ਤੁਸੀਂ ਇਕੱਠੇ ਜਾਂ ਜ਼ੋਰ ਕਰਦੇ ਰਹੇ ਆ ਜਾਂ ਕੋਈ ਗੱਲਾਂ? ਅਸੀਂ ਜ਼ੋਰ ਵੀ ਕਰਦੇ ਰਹੇ ਆ। ਹਾਂਜੀ। ਕੁਸ਼ਤੀ ਵੀ ਹੋਈ ਆ। ਕਿਆ ਬਾਤ ਹੈ ਜੀ। ਸਭ ਕੁਛ ਹੋਇਆ। ਤੁਸੀਂ ਜ਼ੋਰ ਵੀ ਸਾਡੇ ਮਨ ਦੇ ਵਿੱਚ ਇਹ ਗੱਲ ਨਹੀਂ ਸੀ। ਹਾਂਜੀ ਹਾਂਜੀ। ਜਿਹੜੀ ਇਹਨਾਂ ਨੇ ਰੱਖੀ। ਅੱਛਾ ਜੀ। ਇਹਨਾਂ ਨੇ ਕਿਤਾਬ ਚ ਵੀ ਛੁਪਵਾਇਆ। ਠੀਕ ਹੈ ਜੀ। ਕੁਸ਼ਤੀ ਦਾ ਧਰੂ ਧਰਾ ਦੇ ਵਿੱਚ।
ਵੀ ਮੈਂ ਪੰਜਾਂ ਸੱਤਾਂ ਭਲਵਾਨਾਂ ਦੇ ਜ਼ੋਰ ਕਰਕੇ ਤੇ ਇਹਦੇ ਮੈਂ ਜ਼ੋਰ ਕਰਾਂ, ਮੇਰੇ ਘੜੇ ਦੀ ਮੱਛੀ ਸੀ। ਹਾਂਜੀ ਇਹ ਗੱਲ ਕਹੀ ਸੀ। ਹਾਂਜੀ ਤੇ ਮੈਂ ਇਹਨੂੰ ਇੱਕ ਮਿੰਟ ਦੇ ਵਿੱਚ ਕੀਤਾ ਉੱਤੇ ਤੁਸੀਂ, ਮੈਂ ਉੱਤੇ ਕੇਸ ਕੀਤਾ ਸੀ। ਠੀਕ ਹੈ। ਹਾਂਜੀ ਉਹ ਬੁੱਕ ਵਾਲਿਆਂ ਤੇ ਕੇਸ ਕੀਤਾ ਨਹੀਂ, ਮੈਂ ਇਹਨਾਂ ਨੇ ਕੇਸ ਕੀਤਾ ਸੀ, ਇਹਨਾਂ ਨੇ ਫਿਰ ਜਿਹੜਾ ਲਿਖਾਰੀ ਮਾਫ਼ੀ ਮੰਗਵਾਈ ਫਿਰ। ਠੀਕ ਹੈ ਜੀ। ਹਾਂਜੀ ਬਰਿਆਮ ਵੀ ਕੀ ਹੈ? ਬਰਿਆਮ ਸਿੰਘ ਸੰਧੂ। ਬਰਿਆਮ ਸਿੰਘ ਸੰਧੂ। ਹਾਂਜੀ ਫਿਰ ਦੂਜੀ ਗੱਲ ਇਹ ਆ ਵੀ ਉਹ ਬਰਿਆਮ ਸਿੰਘ ਸੰਧੂ ਜਿਹੜੇ ਉਹ ਲਿਖਾਰੀ ਬਹੁਤ ਵਧੀਆ ਨੇ। ਪਰ ਲਿਖਣਾ ਉਹਨਾਂ ਨੇ ਉਹ ਆ ਜੋ ਆਪਾਂ ਲਿਖਾਵਾਂਗੇ, ਉਹਨਾਂ ਨੂੰ ਦੱਸਾਂਗੇ ਜੋ ਉਹਨਾਂ ਨੂੰ ਹੀ ਦੱਸਾਂਗੇ। ਕਿਆ ਬਾਤ ਹੈ ਜੀ। ਹਾਂਜੀ ਤੇ ਦੂਜੀ ਗੱਲ ਜਦੋਂ 83 ਦੇ ਵਿੱਚ ਨੈਸ਼ਨਲ ਹੋਈ ਉਦੋਂ ਪਹਿਲਾਂ, ਹਾਂਜੀ ਹਾਂਜੀ ਉੱਥੇ ਉਹਨਾਂ ਨੇ ਪਹਿਲਾਂ ਐਲਾਨ ਕਰਤਾ ਵੀ ਜਿਹੜਾ ਬੰਦਾ ਫਸਟ ਆਊਗਾ ਉਹ ਕੈਦੇ ਆਜ਼ਮ ਟੂਰਨਾਮੈਂਟ ਚ ਜਾਊਗਾ। ਠੀਕ ਹੈ। ਪਾਕਿਸਤਾਨ। ਠੀਕ ਹੈ ਜੀ। ਮੈਂ ਕਿਹਾ ਠੀਕ ਹੈ, ਅਸੀਂ ਮੈਂ 90 ਕਿਲੋ ਚ ਫਸਟ ਆਇਆ। ਠੀਕ ਹੈ। ਬਾਕੀ ਸਿਰੇ ਚ ਉੱਪਰ ਆਇਆ ਉਦੋਂ ਤੇ ਪਤਾ ਆਇਆ, ਹੋਰ ਆਪਣੇ ਆਪਣੇ ਮੇਟਾਂ ਦੇ ਵਿੱਚ ਮੁੰਡੇ ਜਿਹੜੇ ਜਿਹੜੇ ਅਸੀਂ ਲੜਦੇ ਸੀ ਫਸਟ ਆਏ। ਤੇ ਥੋੜੇ ਦਿਨਾਂ ਬਾਅਦ ਉਦੋਂ ਜਾਣਾ ਸੀਗਾ ਪਾਕਿਸਤਾਨ। ਠੀਕ ਹੈ ਜੀ। ਮੈਂ ਕਿਹਾ ਚਰਨ ਕੌਰ ਸਾਹਿਬ ਨੂੰ ਆਖਿਆ, ਮੈਂ ਕਿੱਦਾਂ ਵੀ ਤੂੰ ਨਾ ਫਿਰ ਘਰ ਅਸੀਂ ਲੈ ਕੇ ਜਾਵਾਂਗੇ। ਠੀਕ ਹੈ ਜੀ। ਇਹਨਾਂ ਹੀ ਸਿਸਟਰ ਦਾ ਵਿਆਹ ਸੀ ਮੈਨੂੰ, ਮੈਂ ਉੱਥੇ ਵਿਆਹ ਦੇ ਵੀ ਸੱਦਿਆ, ਮੈਂ ਉੱਧਰ ਗਿਆ ਤੇ ਮੈਂ ਤੇ ਉੱਥੇ ਰਾਤ ਨੂੰ ਘਰ ਆ ਰਿਹਾ, ਜਾਂ ਮੈਂ ਸ਼ਾਮ ਨੂੰ ਟੀਵੀ ਲਾਇਆ ਆਣ ਕੇ ਤੇ ਕੌਰ ਸਾਹਿਬ ਉੱਥੇ ਰੈਫਰੀ ਕਰਨ ਡਿਆ ਪਾਕਿਸਤਾਨ। ਚੱਲ ਵੀ ਗਿਆ। ਹਾਂ ਚੱਲ ਵੀ ਗਿਆ, ਮੈਨੂੰ ਪਤਾ ਨਹੀਂ ਉਸ ਟਾਈਮ ਸਿੱਧੇ ਪੱਟੀ ਦੇ ਮਨ ਚ ਕੀ ਆਇਆ ਵੀ ਕੀ ਕਰਨਾ। ਮੈਨੂੰ ਕੱਲ ਕੋਈ ਸ਼ਿਕਾਇਤ ਕਿੱਥੇ ਕਰ ਸਕਦੇ ਜਾਂ ਤੁਸੀਂ? ਮੇਰੀ ਗੱਲ ਸੁਣ, ਸ਼ਿਕਾਇਤ ਹੁਣ ਦੱਸੇ ਨੂੰ ਮੋੜਿਆ ਉੱਥੋਂ। ਕੀ ਬਾਤ ਹੈ ਜੀ। ਤੁਰਕੀ ਤੋਂ। ਹਾਂਜੀ ਹਾਂਜੀ। ਹੁਣ ਇਹ ਫੈਡਰੇਸ਼ਨ ਦੇ ਪ੍ਰਧਾਨ ਸੀਗੇ। ਹਾਂਜੀ ਹਾਂਜੀ। ਹੁਣ ਇਹਨਾਂ ਨੇ ਕੀ ਕੀਤਾ, ਸ਼ਿਕਾਇਤ ਕਿਹਦੇ ਕੋਲ ਕਰਦੇ? ਠੀਕ ਹੈ ਜੀ। ਉਹ ਸ਼ਿਕਾਇਤ ਜਿਹਨਾਂ ਕੋਲ ਸ਼ਿਕਾਇਤ ਕਰਦੀ ਉਹ ਤੇ ਕਰਨ ਡਿਆ ਨੇ। ਇਹਦੇ ਨਾਲ ਵੀ ਇਹੀ ਵਜ੍ਹਾ, ਮੈਂ ਉਦੋਂ ਗੱਲ ਕੀਤੀ ਜੱਸੇ ਨਾਲ ਵੀ ਇਹਨਾਂ ਵੀ ਇਦਾਂ ਤੱਕ ਆਵੋ ਜੀ ਕਹਿੰਦੇ ਹੁਣ ਡਿਆ ਤੁਹਾਡੇ ਸਾਹਮਣੇ। ਹੁਣ ਕਰਤਾਰ ਭਲਵਾਨ ਇੱਕ ਪੂਜਨ ਯੋਗ ਭਲਵਾਨ ਆ, ਰੁਸਤਮ ਭਲਵਾਨ। ਠੀਕ ਹੈ ਜੀ। ਹੁਣ ਮੈਂ ਅੱਜ ਕਹਾਂ ਵੀ ਲੋਕ ਭਲਵਾਨ ਜਿਹੜੇ ਨੇ ਉਹ ਮੰਗਤਿਆਂ ਨੂੰ ਤੁਰੇ ਫਿਰਦੇ ਨੇ, ਮੈਂ ਤੇ ਸਾਰੀ ਉਮਰ ਬਾਹਰ ਕੱਢੀ ਆ। ਸਹੀ ਗੱਲ ਹੈ। ਮੈਂ ਤੇ 3 ਦਿਨ ਮਹੀਨੇ ਘਰ ਜਾਂਦਾ ਛਿੰਝਾਂ ਚ, ਬਹੁਤ ਵਧੀਆ ਛਿੰਝਾਂ ਚ ਦਗਲਾ ਚ ਮੈਂ ਰਿਹਾ। ਹਾਂਜੀ ਹਾਂਜੀ। ਹਾਂਜੀ ਪੰਚਾਇਤਾਂ ਸੱਦਦੀਆਂ ਭਲਵਾਨਾਂ ਨੂੰ, ਬਹੁਤ ਪਿਆਰ ਦੇਖਿਆ ਅਸੀਂ ਉਦੋਂ ਨਿੱਕੇ ਹੁੰਦੇ, ਤਾਂ ਹੀ ਹਰੇਕ ਵਾਰੀ ਕਹਿੰਦਾ ਵੀ ਆਦਰਸ਼ ਭਲਵਾਨ ਸਾਡੇ ਛਿੰਦਾ ਪੱਟੀਆ, ਅਸੀਂ ਉਹਨਾਂ ਵਾਂਗਰ ਆਉਣਾ, ਉਹਨਾਂ ਵਾਂਗਰ ਬਣਨਾ। ਜੀਦਾਰੀ ਦੀਆਂ ਗੱਲਾਂ ਤੁਹਾਡੀਆਂ ਸੁਣੀਆਂ ਅੱਜ, ਬਹੁਤ ਰੋਸਤਮ ਦੀ ਆਵਾਜ਼ ਇੱਦਾਂ ਸਾਡੇ ਨਾਲ ਬਣੇ ਰਹੇ ਹੋ ਤੁਸੀਂ, ਤੁਹਾਨੂੰ ਬਹੁਤ ਢਿੱਡ ਦੀਆਂ ਗੱਲਾਂ ਭਲਵਾਨ ਉਹਨਾਂ ਦੇ ਕੋਲ ਆਉਣੀਆਂ। ਭਲਵਾਨ ਜੀ ਜਿਹੜੀਆਂ ਹੋਰ ਇਹ ਜੀਦਾਰੀ ਦੀਆਂ ਗੱਲਾਂ ਤੁਸੀਂ ਅੱਜ ਸਾਡੇ ਨਾਲ ਸ਼ੇਅਰ ਕਰਨੀਆਂ ਜ਼ਰੂਰ। ਹਾਂਜੀ। ਉਸ ਟਾਈਮ ਇਹ ਆ ਵੀ ਜਦੋਂ ਇੱਕ ਤੇ ਅਸੀਂ ਆਪ ਭਲਵਾਨੀ ਕੀਤੀ, ਚਲੋ ਸਾਡੇ ਨਾਲ ਤਾਂ ਹੋ ਗਿਆ ਉਸ ਮੌਕੇ ਤੇ, ਅਸੀਂ ਜਾ ਲਿਆ। ਹੁਣ ਗਾਂ ਅਗਲੀ ਪੀੜ੍ਹੀ ਨਾਲ ਫੇਰ ਸ਼ੁਰੂ ਕਰ ਦਿੱਤਾ ਕੰਮ, ਇਹ ਚਾਹੀਦਾ ਨੀ। ਹਾਂਜੀ ਤੇ ਡੌਕ ਤੋਂ ਡਰਦੇ ਨੇ, ਫੇਰ ਜੇ ਜੱਸੇ ਨੇ ਲੈ ਹੋ ਕੇ ਕਿਹਾ ਹੈ ਵੀ ਮੈਂ 20 ਲੱਖ ਰੁਪਇਆ ਭਰਦਾ ਵੀ ਜਾਂ ਮੈਨੂੰ ਭਲਵਾਨ ਜੀ ਨੇ ਮੇਰਾ ਡੌਕ ਟੈਸਟ ਕਰਵਾਉਣ, ਤੇ ਜਾਂ ਫਿਰ ਮੈਦਾਨ ਚ ਆਣ ਕੇ ਡੌਕ ਟੈਸਟ ਕਰਵਾਉਂਦੇ ਉਹਦਾ, ਜੇ ਉਹ ਦੋਸ਼ੀ ਪਾਇਆ ਜਾਂਦਾ ਫਿਰ 20 ਲੱਖ ਰੁਪਇਆ ਭਰਦਾ ਤੇ ਨਾਲੇ ਮਾਫ਼ੀ ਮੰਗਦਾ, ਨਾਲੇ ਲੋਕਾਂ ਦੇ ਵਿੱਚ ਅਸਲੀਅਤ ਜੱਸੇ ਦੀ ਆ ਜਾਂਦੀ ਵੀ ਇਹ ਨਕਲੀ ਹੈ, ਨਕਲੀ ਟੀਕੇ ਲਾਉਂਦਾ ਕੀ ਕਰਦਾ, ਹਾਂ ਇਹ ਟੀਕੇ ਲਾਉਂਦਾ ਕੀ ਕਰਦਾ। ਹਾਂਜੀ ਇਹ ਮਾੜੀਆਂ ਗੱਲਾਂ ਕੋਈ ਵੀ ਜਿਹੜੀ ਆ, ਜਿੱਦਾਂ ਹਰੇਕ ਜਿਹੜਾ ਕੋਈ ਨਾ ਕੋਈ ਪਹਿਲਵਾਨ ਹੈ ਉਹਦੀ ਵਜ੍ਹਾ ਆ ਪਿੱਛੇ ਨਾ ਪਿੱਛੇ ਹਟਣ ਦੀ। ਅਸੀਂ ਪਹਿਲਵਾਨੀ ਨੂੰ ਸਾਡਾ ਫਰਜ਼ ਨਹੀਂ ਬਣਦਾ ਬਦਨਾਮ ਕਰਨ ਦਾ। ਹਾਂਜੀ ਅਸੀਂ ਇਹਨਾਂ ਗੱਲਾਂ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਪਹਿਲਵਾਨੀ ਵਾਸਤੇ ਨਫ਼ਰਤ ਪੈਦਾ ਕਰਦੇ ਹਾਂ, ਜਿਹੜਾ ਕਿ ਸਾਡਾ ਫਰਜ਼ ਨਹੀਂ ਗਾ। ਭਲਵਾਨੀ ਸਾਡਾ ਰਿਜ਼ਕ, ਭਲਵਾਨੀ ਸਾਡੀ ਇੱਜ਼ਤ, ਭਲਵਾਨੀ ਸਾਡੀ ਨੌਕਰੀ, ਭਲਵਾਨੀ ਸਾਡਾ ਮਾਣ। ਹਾਂਜੀ ਹਾਂਜੀ। ਇੱਕ ਭਲਵਾਨੀ ਤੋਂ ਬਗੈਰ ਹੋਰ ਸਾਡੇ ਪੱਲੇ ਹੈ ਕੀ ਸੀ? ਠੀਕ ਹੈ ਜੀ। ਤੁਸੀਂ ਜਦੋਂ ਹੁਣ ਜੱਸੇ ਦਾ ਵੀ ਸੁਣਿਆ, ਉਹ ਵੀ ਹੁਣ ਤਾਂ ਹੀ ਪਿੱਛੇ ਨੂੰ ਫੇਰ ਹਟ ਗਿਆ, ਜਿੱਦਾਂ ਵੀ ਛਿੰਝਾਂ ਚ ਫੇਰ ਚੱਲ ਗਿਆ ਦੁਬਾਰਾ ਜਿੱਧਰ, ਉਸ ਟਾਈਮ ਤੁਹਾਡੇ ਮਨ ਚ ਵੀ ਇੱਦਾਂ ਆਇਆ ਵੀ ਤੁਸੀਂ ਗੱਦੇ ਵੱਲੋਂ ਪਿੱਛੇ ਨੂੰ ਹਟੇ ਆ ਕਿ ਮਨ ਠਾਇਆ ਨੀ ਮਨ ਵੀ ਤੁਹਾਡੀਆਂ ਜਦੋਂ ਭਲਵਾਨ ਹੋਈ ਗਈਆਂ ਨੇ, ਮੈਂ ਤੇ ਚਲੋ ਬੜਾ ਮੋਟ ਲੜੀ ਗਿਆ। ਮੈਂ ਜਿਹੜਾ ਕੋਈ ਵੀ ਕੰਪੀਟੀਸ਼ਨ ਪੰਜਾਬ ਦੇ ਵਿੱਚ ਹੁੰਦਾ ਸੀ ਜਿਸ ਤਰ੍ਹਾਂ ਦਾ ਹੁੰਦਾ ਸੀ ਮੈਂ ਲੜਦਾ ਰਿਹਾ। ਠੀਕ ਹੈ ਨਾ। ਤੁਸੀਂ ਪੰਜਾਬ ਦੇ ਵੀ ਚੈਂਪੀਅਨ ਰਹੇ ਆ, ਨੈਸ਼ਨਲ ਚੈਂਪੀਅਨ ਵੀ? ਮੈਂ 10 ਸਾਲ ਲੜਿਆ ਪੰਜਾਬ ਵੱਲੋਂ, ਪੰਜਾਬ
अपने जेडे ओथो दे मौसम दा साडे मौसम दा बड़ा फर्क सीगा पिछली इंटरव्यू भी किया सारे दस मेरे ਜੇ ਜ਼ੋਰ ਲੱਗੇ ਉਹ ਚ ਲੱਗਿਆ ਉਦੋਂ ਤੁਸੀਂ ਇਹਨਾਂ ਘੁਣ ਤੋਂ ਪਹਿਲਾਂ ਤੁਹਾਡੇ ਮਨ ਚ ਕੀ ਚੱਲਦਾ ਸੀ ਵੀ ਮੈਂ ਅੱਜ ਸੁਪਰ ਸਟਾਰ ਜਿਹੜਾ ਮੂਹਰਿਓ ਵੀ ਆਵੇ ਦੋਏ ਖਿੱਚਣ ਵਾਲੇ ਤੁਸੀਂ ਉਹ ਵੀ ਖਿਚਾਈ ਕਰ ਰਹੇ ਸੀ ਤੁਸੀਂ ਵੀ ਥਕਾਉਂਦੇ ਸੀ ਦੂਜੇ ਭਲਵਾਨਾਂ ਨੂੰ ਹਾਂਜੀ ਹਾਂਜੀ ਉਸ ਟਾਈਮ ਚ ਕੋਈ ਡਰ ਵਾਲੀ ਜਾਂ ਗੱਲ ਜਾਂ ਕੋਈ ਮੇਰੇ ਮਨ ਚ ਭਲਵਾਨ ਜੀ ਕਦੇ ਘੁਣ ਲੱਗੇ ਡਰਦੇ ਆ ਕੀ ਬਾਤ ਹੈ ਜੀ ਮੈਂ ਕਰਤਾਰ ਦਾ ਵੀ ਘੁਣਿਆ ਕੀ ਬਾਤ ਹੈ ਜਿੱਦਣ ਮੇਰੀ ਕਰਤਾਰ ਦਾ ਕੁਸ਼ਤੀ ਹੁੰਦੀ ਆ ਕੀ ਬਾਤ ਹੈ ਉਦੋਂ ਉਸੇ ਰਾਤ ਸਰਜੀਤ ਲੱਲੀ ਦਾ ਐਕਸੀਡੈਂਟ ਹੋ ਜਾਂਦਾ ਠੀਕ ਹੈ ਜੀ ਉਹਦੇ ਸੱਟ ਲੱਗ ਜਾਂਦੇ ਆ ਹਾਂਜੀ ਹਾਂਜੀ ਅਸੀਂ 2 ਵਜੇ ਉਹਨੂੰ ਹਸਪੀਟਲ ਨੂੰ ਤੋਰਿਆ ਅੰਮ੍ਰਿਤਸਰ ਸੋਰੀ ਲੁਧਿਆਣੇ ਨੂੰ ਠੀਕ ਹੈ ਜੀ ਅਸੀਂ ਜਾ ਕੇ ਮੈਂ ਕਾਬਲ ਮਾਨਸੇ ਨਾਲ ਇੱਕ ਇੱਕ ਰੋਟੀ ਖਾ ਕੇ ਰਾਤ 3 ਵਜੇ ਤੇ ਲੰਮੇ ਪੈ ਗਏ ਸਵੇਰੇ ਉੱਠੇ ਆ ਠੀਕ ਹੈ ਜੀ ਦੰਗਲ ਨੂੰ ਚਲੇ ਗਏ ਠੀਕ ਹੈ ਜੀ ਸਰੀਰ ਕੋਲ ਲਵਾਉਣਾ ਨਹੀਂ ਸੀ ਹਾਂਜੀ ਹਾਂਜੀ ਲੇਕਿਨ ਇਹ ਸੀ ਵੀ ਲੋਕਾਂ ਨੂੰ ਕੀ ਜਵਾਬ ਦੇਵਾਂਗੇ ਵੀ ਅੱਗੋਂ ਪਿੱਛੋਂ ਦੇ ਮੁੱਛਾਂ ਖੜੀਆਂ ਮੇਰੇ ਨਾਲ ਅੱਜ ਜੇ ਭੁੱਲਦੀ ਵਾਰੀ ਆ ਇਹਦੇ ਭੱਜ ਗਏ ਭੱਜ ਗਏ ਜੀ ਮੇਰੀ ਹਾਲਤ ਬੁਰੀ ਸੀ ਠੀਕ ਹੈ ਜੀ ਇੱਕ ਤੇ ਇਹ ਸੀ ਸਿਆਲ ਦੇ ਦਿਨ ਸੀ ਸਾਰੇ ਤੁਰੇ ਫਿਰਦੇ ਨੇ ਹਾਂਜੀ ਦੂਜੀ ਗੱਲ ਇਹ ਵੀ ਉਹ ਮੇਰਾ ਸੱਜਣ ਸੀ ਦੋਸਤ ਸੀ ਮੈਨੂੰ ਜਿਵੇਂ ਮੈਂ ਉਹਦਾ ਜ਼ਖਮ ਵੇਖਿਆ ਸੀ ਨਾ ਤੇ ਮੈਨੂੰ ਇਹ ਵੀ ਸ਼ਾਇਦ ਇਹਦੀ ਮੌਤ ਨਾ ਹੋ ਜੇ ਬਹੁਤ ਮੇਰੇ ਦਿਮਾਗ ਦੇ ਡਰ ਸੀ ਸਾਰੀ ਹੱਡੀ ਤੱਕ ਮਾਸ ਲੈ ਗਿਆ ਔਰ ਫੁੱਟ ਥਾਂ ਤੋਂ ਸਾਰੇ ਹਾਂਜੀ ਹਾਂਜੀ ਲੈ ਗਿਆ ਸੀ ਸਰਜੀਤ ਤੁਹਾਡੇ ਨਾਲ ਹੀ ਰਿਹਾ ਪਹਿਲਾਂ ਸਰਜੀਤ ਨਹੀਂ ਇਕੱਠੇ ਰਹੇ ਇਕੱਠੇ ਉਧਰ ਰਾਤ ਇਹ ਐਕਸੀਡੈਂਟ ਹੋਇਆ ਸੀ ਤੇ ਮੇਰੇ ਸਵੇਰੇ ਮੇਰੇ ਕਰਤਾਰ ਨਾਲ ਕੁਸ਼ਤੀ ਸੀ ਠੀਕ ਹੈ ਜੀ ਮੇਰੇ ਜ਼ੋਰ ਦੀ ਲੱਗੇ ਕੋਈ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਹਾਂਜੀ ਹਾਂਜੀ ਨਾ ਮੈਂ ਥੱਕੇ ਮੇਰੇ ਜ਼ੋਰ ਲੱਗੇ ਸਰੇਜ ਬਣਾਉਣ ਵਾਲੀ ਕੁਸ਼ਤੀ ਚ ਠੀਕ ਹੈ ਤਾਂ ਅਸੀਂ ਤਾਂ ਆਪ ਹੈਰਾਨ ਸੀ ਪਹਿਲਵਾਨ ਜੀ ਉਦੋਂ ਇਹ ਦੇਖਦੇ ਆਏ ਕਿ ਭਲਵਾਨ ਹੁਣੀ ਮੁੱਛ ਦੇ ਕੱਲੇ ਹੱਥ ਰੱਖੀ ਜਾਂਦੇ ਆ ਵੀ ਵਜ੍ਹਾ ਕੀ ਹੈ ਜੀ ਵੀ ਅਸੀਂ ਇਹ ਨਹੀਂ ਸੀ ਪਤਾ ਵੀ ਤੁਸੀਂ ਰਾਤ ਸੁੱਤੇ ਨਹੀਂ ਚਾਹੇ ਤੁਹਾਡੀ ਬਾਂਹ ਮੇਰੇ ਇੱਕ ਦਿਨ ਪਹਿਲਾਂ ਮੈਂ ਬੈਕ ਸਾਲ ਤੋਂ ਮਾਰੀ ਭਾਲਦੇ ਤੇ ਮੇਰਾ ਖੱਬਾ ਮੋਢਾ ਜਿਹੜਾ ਇਹਨਾਂ ਗੱਦੇ ਦੂਜੇ ਦੇ ਵਿੱਚ ਪੈ ਗਿਆ ਤੇ ਮੇਰੇ ਪੀੜ ਹੁੰਦੀ ਮੋਢੇ ਜਦੋਂ ਵੀ ਉਹ ਤੁਹਾਡੀ ਬਗਲ ਭਰਨ ਲੱਗਦੇ ਸੀ ਤੁਸੀਂ ਉਧਰੋਂ ਸ਼ੋ ਕਰਦੇ ਮੁੱਛ ਤੇ ਅਸੀਂ ਛੋਟੇ ਹੁੰਦੇ ਯਾਰ ਏਦਾਂ ਵੀ ਘੁਣਨਾ ਵੀ ਘੁਲ ਸਕਦਾ ਬੰਦਾ ਕੋਈ ਵੀ ਇਹਦਾ ਮਤਲਬ ਤੁਹਾਡੀ ਇੰਜਰੀ ਸੀ ਵੀ ਤੁਸੀਂ ਕਰ ਨਹੀਂ ਸਕਦੇ ਕਰ ਵੀ ਨਹੀਂ ਸਕਦਾ ਕੁਛ ਮੇਰਾ ਮੁੱਛ ਨੂੰ ਘੱਟ ਦੇ ਮੁੱਛ ਦੇ ਹਾਂਜੀ 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 ਉਹ ਮੈਂ ਤਾਂ ਨਹੀਂ ਤਾਂ ਖਿੱਚ ਖਿਚਾਈ ਕਰਦਾ ਉਹ ਹੱਥ ਨਾਲ ਜਾਂ ਪਾਂ ਕਰਦਾ ਮੇਰੇ ਪੀੜ ਹੋ ਰਹੀ ਹੁੰਦੀ ਤੁਹਾਡੇ ਮਨ ਚ ਵੀ ਸੀ ਇਹ ਗੱਲ ਜਿੱਦਾਂ ਤੁਹਾਨੂੰ ਉਹ ਲੱਗਦਾ ਵੀ ਇਹ ਜੈਲਸੀ ਕਰਦੇ ਰਹੇ ਤੁਹਾਨੂੰ ਲੈ ਕੇ ਨਹੀਂ ਗਏ ਤੁਸੀਂ ਉਹ ਮੁੱਛ ਤਾਂ ਉਹਨਾਂ ਦੀ ਇਨਸਲਟ ਕਰਨ ਲਈ ਕਰਦੇ ਉਹ ਤੇ ਹੁੰਦਾ ਹੀ ਹੈ ਜਦੋਂ ਵਿਰੋਧੀ ਬੰਦਾ ਸਾਹਮਣੇ ਹੋਵੇ ਉਹਦੇ ਇਹਨਾਂ ਤੇ ਕਰਨਾ ਚਾਹੀਦਾ ਬੰਦੇ ਨੂੰ ਠੀਕ ਹੈ ਮਨ ਚ ਉਹ ਗੱਲਾਂ ਹੈਗੀਆਂ ਮਨ ਚ ਹੁੰਦੀਆਂ ਬਿਲਕੁਲ ਨਹੀਂ ਜਾਂਦੀਆਂ ਗੱਲਾਂ ਜਾਣ ਵਾਲੀਆਂ ਨਹੀਂ ਤੁਹਾਡਾ ਮੈਂ ਕਹਿੰਦਾ ਵੀ ਮੇਰੇ ਅੰਦਰੋਂ ਨਿਕਲ ਗਈਆਂ ਨੇ ਹਾਂਜੀ ਹਾਂਜੀ ਕਦੇ ਕਲੀਅਰ ਵੀ ਨਹੀਂ ਹੋਈ ਕਦੇ ਕਿਤੇ ਮਿਲੇ ਆ ਜਾਂ ਕਿਤੇ ਨਹੀਂ ਉਦਾਂ ਆਮੋ ਸਾਹਮਣੇ ਮਿਲਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੁੰਦੀ ਆ ਪਰ ਮਨ ਚ ਨਾ ਉਹਦੇ ਚ ਹੀ ਨਿਕਲਨੇ ਹੈ ਨਹੀਂ ਗੱਲ ਨਾ ਮੇਰੇ ਮਨ ਚ ਤੇ ਹੈਗਾ ਹੀ ਹੈਗਾ ਉਹਦੇ ਚ ਵੀ ਹੈਗਾ ਹੈ ਮਾਧੋ ਸਿੰਘ ਭਰਾਉਣ ਹੋਣੀ ਓਲੰਪਿਕ ਚ ਗਏ ਜੱਡਾ ਜੂੜ ਗਏ ਠੀਕ ਹੈ ਜੀ ਉਦੋਂ ਮਗਰੋਂ ਜੀਤ ਪਹਿਲਵਾਨ 1964 ਦੀ ਓਲੰਪਿਕ ਚ ਗਏ ਗ੍ਰੀਕੋ ਰੋਮਨ ਚ ਘੁਲਿਆ
ਉਹ ਭਲਵਾਨ ਜੀ ਦਾੜੀ ਕੇ ਸਮੇਤ ਜਾਂਦਾ, ਇਹ ਤੇ ਦਾੜੀ ਕੱਟਦਾ ਜੱਸਾ, ਉਹ ਦਾੜੀ ਵੀ ਨੀ ਕੱਟਦਾ ਕਰਦਾ ਨੀ। ਹਾਂਜੀ ਹਾਂਜੀ ਸਹੀ ਗੱਲ ਹੈ। ਕੀ ਵਜ੍ਹਾ ਵੀ ਇੱਕ ਜੱਸੇ ਦੇ ਉੱਤੇ ਪਾਬੰਦੀ ਲੱਗੀ? ਬਾਕੀਆਂ ਤੇ ਗੱਲ ਨੀ, ਕਿਉਂ ਨੀ ਲੱਗੀ? ਜਗਵਿੰਦਰ ਕੋਚ ਸਾਹਿਬ ਨਾਲ ਗਏ? ਹਾਂਜੀ ਦਿੱਲੀ ਤੋਂ। ਦਿੱਲੀ ਤੋਂ? ਹਾਂਜੀ। ਉਹ ਵੀ ਮੈਨੂੰ ਜਾਣਦੇ ਚੰਗੀ ਤਰ੍ਹਾਂ ਵੀ ਛਿੱਲੇ ਭਾਉਂਦਾ ਮੁੰਡਾ। ਹਾਂਜੀ ਹਾਂਜੀ। ਧੀਰਾ ਪਹਿਲਵਾਨ ਗਿਆ ਸੀਗਾ? ਹਾਂਜੀ। ਮੈਂ ਧੀਰੇ ਪਹਿਲਵਾਨ ਨੂੰ ਮਿਲਿਆ ਤੇ ਮੈਂ ਕਿਹਾ ਭਲਵਾਨ ਜੀ ਤੁਸੀਂ ਉਹਨਾਂ ਨੂੰ ਐਕਸਪਲੇਨ ਕਰਾਉਣਾ ਸੀ ਵੀ ਇਹ ਸਾਡਾ ਇੱਕ ਧਾਰਮਿਕ ਚਿੰਨ੍ਹ ਹੈ ਵਾਲ ਜਿਹੜੇ ਨੇ, ਔਰ ਜਿਹੜਾ ਉੱਤੇ ਪਟਕਾ ਬੰਨਿਆ ਜਾਂਦਾ ਇਹ ਕੋਈ ਮਾਰੂ ਚੀਜ਼ ਨੀ। ਇਹਦੇ ਚ ਕਿਹੜਾ ਕੋਈ ਹਥਿਆਰ ਆ ਰੱਖਿਆ? ਬਹੁਤ ਵਧੀਆ ਉਹ ਮੇਰੇ ਹਿਸਾਬ ਨਾਲ ਜੱਸੇ ਨੂੰ ਦੇਖ ਕੇ ਬਹੁਤ ਜਿੰਨੇ ਵੀ ਆਪਣੇ ਸਰਦਾਰ ਆ ਸਾਡੇ ਇੱਥੋਂ ਕੈਨੇਡਾ ਤੋਂ ਵੀ ਨਿਆਣੇ ਸਾਰੇ ਟੋਪੀਆਂ ਬਣਾ ਲਈਆਂ ਉਹਨਾਂ ਨੇ ਜੱਸੇ ਨੂੰ ਦੇਖ ਕੇ। ਤਾਂ ਅਸੀਂ ਤਾਂ ਆਪ ਬਹੁਤ ਪ੍ਰਾਊਡ ਕਰਦੇ ਹਾਂ ਵੀ ਸਿੰਘ ਸਾਡੇ ਕੋਲ ਸਿੱਖੀ ਸਰੂਪ ਚ ਬੱਚੇ ਆ ਰਹੇ ਆ। ਹਾਂਜੀ ਉਹਨੂੰ ਜੇ ਸੰਗਤ ਪਿਆਰ ਕਰਦੀ ਆ ਨਾ, ਪੰਜਾਬੀ ਜਾਂ ਸਿੱਖ ਪਿਆਰ ਕਰਦੇ ਆ, ਉਹ ਇਸੇ ਵਜ੍ਹਾ ਨਾਲ ਜਿੰਨਾ ਕੁ ਭਰਵਾਨ ਹੈਗਾ ਉਹ ਤਾਂ ਹੀ ਭਰਵਾਨ ਹੈ, ਹੋਰ ਦੁਨੀਆਂ ਨਾਲੋਂ ਵੱਖਰਾ ਭਰਵਾਨ ਨੀ ਆ। ਸਹੀ ਗੱਲ ਹੈ। ਹਾਂਜੀ ਮੈਂ ਧੀਰੇ ਨੂੰ ਇਹ ਗੱਲ ਕਹੀ ਵੀ ਪਹਿਲਵਾਨ ਤੁਸੀਂ ਉਹਨਾਂ ਨੂੰ ਕਹਿਣਾ ਸੀਗਾ ਵੀ ਆਹ ਗੱਲ ਆ, ਇਹ ਕੋਈ ਮਾਰੂ ਚੀਜ਼ ਨੀ। ਉਹ ਕਹਿੰਦਾ ਮੈਂ ਇਹਨੂੰ ਕਹਿ ਜਿਵੇਂ ਉਹ ਕਹਿੰਦੇ ਉਵੇਂ ਕਰ ਲਾ, ਠੀਕ ਹੈ? ਮੈਂ ਉਵੇਂ ਤੇ ਫਿਰ ਹੋ ਗਿਆ, ਉਵੇਂ ਤਾਂ ਉਹਨਾਂ ਨੇ ਫਿਰ ਕੱਢਤਾ ਬਾਹਰ ਦੁਆ ਕਰਤਾ, ਠੀਕ ਹੈ? ਇਹ ਤੇ ਜਿਹੜੇ ਨਾਲ ਗਏ ਨੇ ਕੋਚ ਇੰਚਾਰਜ ਕੋਈ ਵੀ, ਇਹ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਐਕਸਪਲੇਨ ਕਰਾਉਂਦੇ ਭਾਈ ਇਹ ਕੋਈ ਮਾਰੂ ਚੀਜ਼ ਨਹੀਂ ਗੀ। ਅਜੇ ਉਹਨਾਂ ਨੇ ਵੇਟ ਕਰਾਉਣ ਲੱਗਿਆ ਇਹਦੇ ਵਾਲ ਖਿਲਾ ਕੇ ਵੇਖੇ ਆ, ਠੀਕ ਹੈ? ਠੀਕ ਉਹਨਾਂ ਨੇ ਹੱਥ ਮਾਰਿਆ ਵਿੱਚ ਵੀ ਕੋਈ ਕੰਘਾ ਜਾਂ ਕੋਈ ਚੀਜ਼ ਨਾ ਹੋਵੇ ਵਿੱਚ। ਇਹਨੇ ਕਿਹਾ ਵੀ ਨਹੀਂ ਹੈ ਨੀ ਕੁਛ ਨੀ ਵਿੱਚ। ਜਦੋਂ ਕੁਸ਼ਤੀ ਆਈ ਆ, ਜਦੋਂ ਇਹ ਕੁਸ਼ਤੀ ਦੇ ਉੱਤੇ ਉੱਤੇ ਗਿਆ ਹੈ ਉਦੋਂ ਉਹਨਾਂ ਨੇ ਜਾ ਕੇ ਕਿਹਾ ਵੀ ਰੁਕ ਜਾ ਲਾਉਣਾ ਪੈਣਾ ਇਹ ਇਹ ਲਾ ਦੇ ਇਹਨੂੰ ਜਾਂ ਗੁੱਤ ਕਰ। ਕਿਆ ਬਾਤ ਹੈ, ਦੇਖੋ ਤੇਰੇ ਲਈ ਇੱਕ ਮਿੰਟ ਆ ਦੇ। ਇੱਕ ਮਿੰਟ ਤੇ ਨਾ ਗੁੱਤ ਹੋਣੀ ਸੀ ਨਾ ਉਹ ਨਹੀਂ ਨਹੀਂ ਉਹਦੇ ਵਿੱਚ ਸਾਨੂੰ ਡਿਸੀਜਨ ਦੇ ਤੇ ਕਰਨਾ ਕੀ ਆ। ਸਹੀ ਗੱਲ ਕਹਿੰਦਾ ਕਹਿੰਦਾ ਵੀ ਵਾਕ ਆਊਟ, ਮੈਂ ਦੋਵੇਂ ਕੰਮ ਨਹੀਂ ਕਰ ਸਕਦਾ ਵੀ ਇਹ ਘੱਟ ਵਜ੍ਹਾ ਦੇ ਵਾਲ ਅੱਖਾਂ ਕੇ ਆ ਜਾਣੇ ਨੇ। ਬਹੁਤ ਮਾੜੀ ਗੱਲ ਆ ਜਦੋਂ ਏਦਾਂ ਦੀ ਵਜ੍ਹਾ ਤੇ ਆਪਣੀ ਜਿਹੜੀ ਪੰਜਾਬ ਸਾਡੀ ਐਸੋਸੀਏਸ਼ਨ ਲਈ ਪੰਜਾਬ ਐਸੋਸੀਏਸ਼ਨ ਆ, ਇਹਨਾਂ ਨੇ ਕੀ ਉਹਦਾ ਕੱਢਿਆ, ਕੀ ਉਹਨਾਂ ਨੇ ਐਕਸ਼ਨ ਲਿਆ ਉਹਦਾ, ਕੀ ਇਹਨਾਂ ਨੈਸ਼ਨਲ ਜਿਹੜੀ ਹੈਗੀ ਆ ਸਾਡੀ ਕਮੇਟੀ ਉਹਨੂੰ ਇਹਨਾਂ ਨੇ ਕੀ ਕਿਹਾ ਵੀ ਇਹਦੇ ਬਾਰੇ ਕੀ ਕਰੋ? ਲੈਂਦੇ ਪੰਜਾਬ ਤਾਂ ਚੜ੍ਹਦੇ ਪੰਜਾਬ ਨੂੰ ਏਦਾਂ ਤੁਸੀਂ ਸਾਡੇ ਨਾਲ ਬਣੇ ਰਹੋ, ਸਾਡੀ ਜਿਹੜੀ ਪੰਜਾਬ ਗੌਰਮੈਂਟ ਨੇ ਆਪਣਾ ਅੱਜ ਵਿਸ਼ਾ ਚੇਂਜ ਕਰਦੇ ਹਾਂ, ਆਪਾਂ ਉਹਨਾਂ ਨਾਲ ਗੱਲ ਬਹਿ ਕੇ ਜ਼ਰੂਰ ਕਰਾਂਗੇ ਇਸ ਵਿਸ਼ੇ 'ਤੇ ਵੀ। ਤਾਂ ਜਿਹੜੀ ਆਪਾਂ ਘੋਲ ਸ਼ਰੇਸ਼ ਵਾਲੀ ਛੱਡੀ ਆ ਭਲਵਾਨ ਜੀ ਉਹਦੇ ਬਾਰੇ ਜ਼ਰੂਰ ਦੱਸੋ, ਜਿਹੜੇ ਜ਼ੋਰ ਲੱਗੇ ਆ ਤੁਸੀਂ ਕਰਤਾਰ ਭਲਵਾਨ ਹੋਣਾਂ ਤੋਂ ਬਾਅਦ। ਉਹ ਭਲਵਾਨ ਜੀ ਜ਼ੋਰ ਸਾਡੇ ਇੱਦਾਂ ਵੀ ਉਹ ਵੀ ਭਲਵਾਨ ਬਹੁਤ ਜ਼ਿਆਦਾ ਤਕੜਾ ਸੀਗਾ, ਤਕੜਾ ਸੀਗਾ ਅਤੇ ਸਾਡੀ ਕੁਸ਼ਤੀ ਸੈਮੀਫਾਈਨਲ ਦੇ ਵਿੱਚ ਆ ਗਈ, ਠੀਕ ਹੈ ਜੀ? ਸੈਮੀਫਾਈਨਲ 'ਚ ਆ ਗਈ ਅਤੇ ਉਹਨਾਂ ਨੂੰ ਕਰਤਾਰ ਭਲਵਾਨ ਉਹਨਾਂ ਨੂੰ ਪਹਿਲਾਂ ਉਹ ਕੁਸ਼ਤੀਆਂ ਕੋਲ ਚੁੱਕਾ ਸੀ, ਬਹੁਤ ਵਧੀਆ ਲਾਈਵ ਦਿਖਾਈਆਂ ਗਈਆਂ, ਲਾਈਵ ਦਿਖਾਈਆਂ ਗਈਆਂ ਨੇ ਹੋਈਆਂ ਨੇ। ਉਹਨੂੰ ਸੀਗਾ ਵੀ ਮੈਂ ਮਾਰੂੰਗਾ, ਮੈਨੂੰ ਇਹ ਸੀ ਵੀ ਮੈਂ ਮਰਦਾ ਨਹੀਂ, ਠੀਕ ਹੈ ਜੀ? ਕਿਉਂਕਿ ਮੇਰਾ ਸ਼ੁਰੂ ਤੋਂ ਸੁਭਾਅ ਰਿਹਾ ਮੈਂ ਕਦੀ ਜੀ ਛੱਡ ਕੇ ਨਹੀਂ ਘੋਲਿਆ। ਸਾਡੇ ਮਨ ਚ ਬਹੁਤ ਸੀ, ਅਸੀਂ ਕਿਉਂਕਿ ਅਸੀਂ ਤੁਹਾਨੂੰ ਹੀ ਦੇਖਿਆ ਸੀ ਵੀ ਖਿੱਚਦੇ ਤੁਸੀਂ ਬੱਚੇ, ਕਿਉਂਕਿ ਉਹਨਾਂ ਨੂੰ ਵੀ ਦੱਸਿਆ ਕਹਿੰਦੇ ਉਹ ਬਹੁਤ ਖਿੱਚਦਾ, ਬਹੁਤ ਟੌਪ ਦੇ ਭਲਵਾਨ ਸੀ, ਟੌਪ ਦਾ ਉਹ ਮੇਰੇ ਨਾਲੋਂ ਪੂਰਾ ਚੰਗੇ ਸੀ, ਠੀਕ ਹੈ ਜੀ? ਘੱਟਦੀ ਸੀ ਪਰ ਉਦਨ ਜਿਹੜਾ ਪਰਮਾਤਮਾ ਸੀ ਉਹ ਮੇਰੇ ਹੱਥ ਸੀ, ਉਹ ਕੁਸ਼ਤੀ ਮੈਨੂੰ ਮਿਲੀ, ਉਹ ਇਸ ਕਰਕੇ ਮਿਲੀ ਵੀ ਮੈਂ ਉਹਦੀਆਂ ਬਗਲਾਂ ਭਰ ਲਈਆਂ ਤੇ ਮੈਨੂੰ ਇੱਕੇ ਵਾਰੀ 3 ਪੁਆਇੰਟ ਮਿਲ ਗਏ ਇਕੱਠੇ ਉਹਦੇ ਡਿੱਗਣ ਚ। ਅਗਰ ਮੈਂ ਉੱਥੇ ਹੋਰ ਦੱਬ ਦਿੰਦਾ ਤਾਂ ਕੁਸ਼ਤੀ ਮੁੱਕ ਸਕਦੀ, ਪਰ ਉਹ ਨਹੀਂ, ਉਹ ਭਰਾਵਾਂ ਹੀ ਤਾਕਤਵਰ ਸੀ ਉਸ ਨਿਕਲ ਗਿਆ। ਫਿਰ ਉਹਨਾਂ ਨੇ ਪੁਆਇੰਟ ਲਏ ਮੇਰੇ ਕੋਲੋਂ, ਮੈਂ ਫਿਰ ਇੱਕ ਲਿਆ, ਫਿਰ ਲਿਆ, ਇੱਦਾਂ ਕਰਕੇ ਸਾਡੇ ਪੁਆਇੰਟ ਉਹਦੇ ਪੁਆਇੰਟ ਮੇਰੇ ਤੋਂ ਘੱਟ ਰਹੇ। ਅਸੀਂ ਘੋਲਾਂ ਕਈ ਦੇਖੀਆਂ ਭਲਵਾਨ ਜੀ ਜਿਹੜੀ ਤੁਸੀਂ ਉਹ ਇੱਕਦਮ ਇਕੱਠੀ ਲੈਣ ਵਾਲੀ ਹੈ, ਇੱਦਾਂ ਤੁਹਾਡੀ ਭੁੱਲਰ ਨਾਲ ਵੀ ਇੱਕ ਘੋਲ ਮੈਂ ਖਰਾਬ ਵੀ ਦੇਖੀ ਹੈ, ਹਾਂਜੀ, ਉਹਦੇ ਬਾਰੇ ਵੀ ਜ਼ਰੂਰ ਦੱਸੋ ਤੁਸੀਂ। ਉਹ ਘੋਲ 'ਚ ਵੀ ਮੇਰੇ ਹਿਸਾਬ ਨਾਲ ਤੀਜਾ ਪੁਆਇੰਟ ਵੀ ਲੈ ਲਿਆ ਸੀ ਕਵਰ ਤੁਹਾਡੇ, ਤੁਸੀਂ ਲੂਜ਼ ਕੀਤੇ ਇੱਦਾਂ, ਹਾਂਜੀ, ਭੁੱਲਰ ਵੀ ਬਗਲਾ ਬਹੁਤ ਵਧੀਆ ਭਰਦਾ, ਜਦੋਂ ਭੁੱਲਰ ਬਗਲਾ ਭਰਦਾ ਸੀ ਨਾ, ਹਾਂਜੀ, ਮੇਰਾ ਇਹ ਸਿਸਟਮ ਜਦੋਂ ਕੋਈ ਬਗਲਾ ਭਰਦਾ ਨਾ ਮੈਂ ਅੰਦਰੋਂ ਹੱਥ ਮਾਰਦਾ, ਮੈਂ ਅੰਦਰੋਂ ਹੱਥ ਮਾਰਦਾ, ਹਾਂਜੀ ਹਾਂਜੀ, ਠੀਕ ਹੈ ਨਾ? ਤੇ ਭੁੱਲਰ ਜਦੋਂ ਬਗਲਾ ਭਰ ਗਿਆ ਮੈਂ ਤੋਂ ਹੱਥ ਨੀ ਵੱਜਿਆ, ਵੱਜਿਆ ਨੇ ਉੱਥੇ ਬਾਹਰ ਜਾ ਕੇ, ਉਦੋਂ ਵੀ ਤੁਸੀਂ ਮੈਂ ਡਿੱਗਾ, ਸੇਮ ਪੋਜੀਸ਼ਨ ਇਹੀ ਆਈ ਆ ਸ਼ਰੇਸ਼ ਵਾਲੀ, ਸ਼ਰੇਸ਼ ਵਾਲੀ ਪੋਜੀਸ਼ਨ ਆਈ ਸੇਮ।
ਤੇ ਉਹ ਭੁੱਲਰ ਭਲਵਾਨ ਮੈਨੂੰ ਜਿੱਤ ਗਿਆ ਸੀ ਉੱਥੇ। ਪਰ ਉਹ ਘੋਲ ਚ ਤਾਣ ਬਹੁਤ ਭਲਵਾਨ ਜੀ ਮਾਰੇ, ਅਸੀਂ ਆਪ ਅੱਖੀ ਦੇਖੀ ਉਹ ਵੀ ਘੋਲ। ਹਾਂਜੀ ਹਾਂਜੀ, ਤੁਸੀਂ ਮੇਰੇ ਹਿਸਾਬ ਨਾਲ ਪੁਆਇੰਟ ਵੀ ਰਲਾਏ ਦਿੱਤੇ ਸੀ, ਟਾਈਮ ਹੋ ਗਿਆ ਸੀ। ਬਹੁਤ ਤੁਹਾਡੀਆਂ ਯਾਦਗਾਰੀਆਂ ਘੋਲਾਂ ਸਾਨੂੰ ਚੇਤੇ ਆਉਂਦੀਆਂ, ਸਾਡੀ ਲੋਈ ਏਦਾਂ ਖੜੀ ਹੁੰਦੀ ਆ, ਅਸੀਂ ਇੱਕ ਬੜ ਕੇ ਇੱਕ ਤੁਹਾਡੀਆਂ ਏਦਾਂ ਦੀਆਂ ਯਾਦਗਾਰੀ ਜਿਹੜੀਆਂ ਘੋਲਾਂ ਅੱਖੀ ਦੇਖੀਆਂ। ਸਮਾਂ ਹੁੰਦਾ, ਸਮਾਂ ਹਰੇਕ ਨੂੰ ਮਾਲਕ ਦਿੰਦਾ, ਜਿਹਨੂੰ ਦਿੰਦਾ। ਤੁਹਾਨੂੰ ਕਿੱਦਾਂ ਲੱਗਦਾ ਜਿੱਦਾਂ ਹੁਣ ਅਸੀਂ, ਮੈਂ ਜਿਹੜੀਆਂ ਅੱਜ ਤੇ ਏਦਾਂ ਦੀਆਂ ਘੋਲਾਂ ਦੇਖੀਆਂ ਵੀ ਇੱਕ ਘੋਲ ਉਹਦੀ ਰੋਵਲ ਨਾਲ ਦੇਖੀ ਜੱਸੇ ਦੀ, ਤੁਹਾਨੂੰ ਕਿੱਦਾਂ ਲੱਗਦਾ ਤੁਹਾਨੂੰ ਉਹਦੀਆਂ ਏਦਾਂ ਦੀਆਂ ਘੋਲਾਂ, ਕੋਈ ਕੀ ਕਾਰਨ ਆ, ਜਾਂ ਉਹ ਵੜਕ ਮਾਰ ਕੇ ਨਹੀਂ ਆਇਆ, ਜਾਂ ਕਿੱਦਾਂ ਮਾਹੌਲ ਚੇਂਜ ਹੋਇਆ? ਜਾਂ ਉਹ ਇਹੋ ਹੀ ਗੱਲ ਹੈ ਵੀ ਇੱਕ ਤੇ ਉਹ ਇਹ ਕਹਿੰਦਾ ਵੀ ਜੇ ਪੰਚਾਇਤ ਜੇ ਕੁਸ਼ਤੀ ਦੇ ਵਿੱਚ ਰੌਲਾ ਪੈ ਜਾਏ ਨਾ, ਝਗੜਾ ਹੋ ਜਾਏ, ਜਿਵੇਂ ਕੋਈ ਉਂਗਲਾ ਮਰੋੜਦਾ ਜਾਂ ਕਿਸੇ ਨੇ ਕੋਈ ਗਲਤ ਐਕਸ਼ਨ ਕਰਤਾ ਹੈ, ਤੇ ਉੱਥੇ ਕੁਸ਼ਤੀ ਚ ਭਲਾਉਣਾ ਦਾ ਝਗੜਾ ਹੋ ਜਾਏ ਜਾਂ ਕੋਈ ਗੱਲ ਹੋ ਜਾਏ ਤੇ ਉੱਥੇ ਦੰਗਲ ਖਰਾਬ ਹੋ ਜਾਂਦਾ। ਮੈਂ ਉਹਨੂੰ ਇਹ ਗੱਲ ਕਹੀ ਆ, ਮੈਂ ਇੱਕ ਦੇ ਉੱਤੇ ਬੋਲਣ ਲੱਗਾ ਤੇ ਬੋਲਣ ਵਾਲੀ ਨੀਗੀ ਵੈਸੇ, ਵੀ ਜੇ ਕੋਈ ਇੱਕ ਤਰ੍ਹਾਂ ਉਂਗਲਾ ਮਰੋੜਦਾ ਦੋ ਨਹੀਂ ਮਰੋੜਦਾ, ਪੰਚਾਇਤ ਨੂੰ ਦੱਸੋ ਵੀ ਇਹ ਨਹੀਂ ਹਟਦਾ, ਨਹੀਂ ਹਟਦਾ, ਫਿਰ ਉਠਾਇਆ ਪੈਣਾ, ਫਿਰ ਉਠਾਓ। ਸਾਨੂੰ ਗਲਤ ਕੁਸ਼ਤੀ ਗਲਤ ਤਰੀਕੇ ਨਾਲ ਲੜਨੀ ਨੀ ਚਾਹੀਦੀ ਕਿਸੇ ਭਲਵਾਨ ਨੂੰ, ਕਿਉਂਕਿ ਪੰਚਾਇਤਾਂ ਬੜੀ ਮੁਸ਼ਕਿਲ ਨਾਲ ਫੰਡ ਇਕੱਠਾ ਕਰਕੇ ਰੇਜ ਕਰਕੇ ਭਲਵਾਨਾਂ ਨੂੰ ਸੱਦਦੀਆਂ ਨੇ, ਤੇ ਉਹਨਾਂ ਦੇ ਸਾਨੂੰ ਉਹਨਾਂ ਦੀਆਂ ਆਸਾਂ ਦੇ ਉੱਤੇ ਉਹਨਾਂ ਦੇ ਮਨਸੂਬਿਆਂ ਦੇ ਉੱਤੇ ਪਾਣੀ ਨਹੀਂ ਫੇਰਨਾ ਚਾਹੀਦਾ ਵੀ ਅਸੀਂ ਉੱਥੇ ਝਗੜਾ ਕਰ ਲਈਏ ਦੰਗਲ ਖਰਾਬ ਹੋ ਜਾਏ। ਉਹ ਇਹ ਗੱਲ ਕਹਿੰਦਾ ਵੀ ਮੈਂ ਨਹੀਂ ਲੜਨਾ ਕਿਸੇ ਨਾਲ, ਮੈਂ ਨਹੀਂ ਕਿਸੇ ਨੂੰ ਗਲਤ ਹੱਥ ਮਾਰਨਾ, ਮੈਂ ਕਿਹਾ ਤੂੰ ਨਹੀਂ ਮਾਰਨਾ ਜੇ ਤੈਨੂੰ ਕੋਈ ਨਹੀਂ ਹਟਦਾ ਮਾਰਨ ਉੱਤੇ, ਜਿਵੇਂ ਕਿ ਉਹਨੇ ਐਸਟੀ ਮਾਰਤੀ। ਤੁਹਾਡੀਆਂ ਆਲਮਗੀਰੀਆਂ ਨਾਲ ਬਹੁਤ ਘੋਲਾਂ ਹੋਈਆਂ, ਕਿਉਂਕਿ ਸ਼ਮੇਰ ਹੋਣਾ ਨਾਲ ਮੈਂ ਅੱਖਾਂ ਹੀ ਉਹ ਦੇਖੀਆਂ ਵੀ ਆ ਕੇ ਰਾਮ ਕ੍ਰਿਸ਼ਨ ਬਾਈ ਹੋਣਾ ਨੇ ਕਈ ਵੇਲੇ ਉਹਨਾਂ ਨੂੰ ਕਹਿਣਾ ਵੀ ਤੂੰ ਜਦੋਂ ਤੇਰੇ ਫੌਜੀ ਮਾਰਦਾ ਸੀ ਮੁੱਕਾ ਤੂੰ ਕਿਉਂ ਨੀ ਮਾਰਿਆ, ਭਾਜੀ ਉਹ ਵੀ ਜ਼ਰੂਰ ਸ਼ੇਅਰ ਕਰੋ ਕੀ ਚੱਕਰ ਸੀ, ਉਹ ਤੁਸੀਂ ਵਿੱਚੇ ਕੁ ਸਾਨੂੰ ਮੁੱਕੀ ਕਾਹਲੇ ਹੋ ਜਾਂਦੇ ਸੀ ਉਹ ਭਾਜੀ ਮੁੱਕੀ ਕਰਦੇ ਸੀਗੇ, ਕਦੀ ਅੱਖ ਚੁੰਗਲ ਮਾਰਤੀ, ਠੀਕ ਹੈ ਜੀ, ਹਾਂਜੀ, ਕਦੇ ਮੂੰਹ ਚ ਪਾਤੀ, ਕਦੇ ਨੱਕ ਚ ਵੜਤੀ, ਕਦੇ ਇੱਧਰ ਕਰਤੀ, ਇਰੀਟੇਟ ਕਰਦੇ, ਤਿੰਨ ਲਗੋਟੇ ਪਾੜੇ ਅਸੀਂ ਦੇਖੇ ਆ ਵੀ ਤੁਸੀਂ ਇੱਕ ਚਾੜ ਲੈਂਦੇ ਹੋ ਫੇਰ ਪਾੜ ਦਿੰਦੇ, ਤਾਂ ਜਿਹੜੇ ਇਹ ਭਲਵਾਨ ਮਜ਼ਬੂਤ ਘੋਲ ਨਾਲਾ ਸੀ, ਬਹੁਤ ਪੱਕਾ ਘੋਲ, ਬਹੁਤ ਪੱਕਾ ਘੋਲ ਨਾਲਾ ਸੀ। ਤੇ ਚਲੋ ਮੇਰੇ ਨਾਲ ਸਮੇਰ ਇੰਨਾ ਜ਼ਿਆਦਾ ਨਹੀਂ ਘੁਲਦਾ ਜਿੰਨਾ ਕੇਰ ਕੋਲ, ਕੇਰ ਕੋਲ ਆ ਜੀ, ਕੇਰ ਬਹੁਤ ਉਹਨਾਂ ਦੀ ਵੀ ਇੰਟਰਵਿਊ ਕਰ ਲਈ ਖਾਂਦਾ ਰਿਹਾ, ਬਹੁਤ ਜੀਦਾਰੀ ਨਾਲ ਉਹਨਾਂ ਨੇ ਕਾਂਟਾ ਘੋਲਾ ਘੁਲ ਗਿਆ, ਕਾਂਟਾ ਬਹੁਤ ਵਧੀਆ ਸਵਾਬ ਬਣਿਆ ਉਹਨਾਂ ਦਾ, ਕਾਂਟਾ ਘੋਲ ਨਾਲਾ ਸੀ, ਇੱਕ ਦਰਸ਼ਨ ਹੋਇਆ ਕਪੂਰਥਲੇ ਗਿਆ, ਹਾਂਜੀ ਉਹ ਵੀ ਵਧੀਆ, ਭਲਵਾਨ ਜੀ ਕਾਂਟਾ ਘੋਲ ਨਾਲਾ ਸੀ। ਇੱਕ ਗੱਲ ਹੁਣ ਮੈਂ ਸ਼ੇਅਰ ਕਰਨ ਲੱਗਾ, ਵੈਸੇ ਇੱਕ ਛਿੰਝ ਸੀਗੀ ਢਿਲਵਾਂ ਦੇ ਲਾਗੇ ਉਰਲੇ ਬੰਨੇ ਪਿੰਡ ਆ, ਠੀਕ ਹੈ ਜੀ, ਹੁਣ ਵੀ ਅਸੀਂ ਜਾਂਦੇ ਹੁੰਦੇ ਉੱਥੇ, ਮੇਰੇ ਦਿਮਾਗ ਚੋਂ ਨਾਂ ਨਿਕਲ ਗਿਆ ਪਿੰਡ ਦਾ, ਠੀਕ ਹੈ ਜੀ, ਉੱਥੇ ਦੀ ਉਦੋਂ 5-7 ਮਹੀਨੇ ਬਾਅਦ ਰਹਿ ਕੇ ਆਇਆ ਸੀਗਾ। ਅੱਛਾ ਜੀ, ਦਰਸ਼ਨ, ਹਾਂਜੀ ਹਾਂਜੀ, ਪਹਿਲੇ ਲਬਨਾਨ ਗਿਆ ਵੀ ਕਿੱਥੇ ਗਿਆ ਤੇ ਲਿੱਸਾ ਹੈ, ਹਾਂਜੀ, ਤੇ ਮੇਰੇ ਦਿਮਾਗ ਚ ਆਈ, ਮੈਂ ਕਿਹਾ ਯਾਰ ਸਾਡੇ ਬਰਾਬਰ ਦਾ ਭਲਵਾਨ ਹੈ, ਅਜੇ ਮੈਂ ਕੁਸ਼ਤੀਆਂ ਨੂੰ ਰਾਇਆ ਵੀ ਬੜੀਆਂ ਸੀ ਤੇ ਬਰਾਬਰ ਬੜੀਆਂ, ਪੱਕਾ ਬੜਾ ਕੋਲ ਨਾਲ, ਤੇ ਮੈਂ ਉਹਨੂੰ ਕਿਹਾ ਵੀ ਦਰਸ਼ਨ, ਹਾਂ ਮੇਰੇ ਦਿਮਾਗ ਚ ਆਈ ਵੀ ਨਾ ਇਹਨੂੰ, ਠੀਕ ਹੈ ਜੀ, ਮੇਰਾ ਇਲਾਕਾ, ਹਾਂ ਹਾਂ, ਆਂਦਾ ਨਹੀਂ ਭਲਵਾਨ ਕਾਟਾ ਮੈਂ ਤੇ ਘੋਲੂ, ਕੀ ਦੇਖੋ ਕਿੰਨੀ ਜੀਦਾਰੀ, ਬਹੁਤ ਵਧੀਆ ਗੱਲ ਲੱਗੀ ਜੀ, ਬੜੀ ਜੀਦਾ, ਕੀ ਬਾਤ ਭਲਵਾਨ ਜੀ, ਚਲੋ ਮੈਂ ਉਹਨੂੰ ਢਾ ਲਿਆ, ਕੁਸ਼ਤੀ ਸਾਡੀ ਪਿੰਡ ਦਾ ਸਕਿੰਟ ਹੋਈ, ਪਰ ਬਹੁਤ ਆ ਜਿਹੜੀ ਅਣਖ ਵਾਲੀ ਗੱਲ ਸੀ, ਅਜੇ ਵੀ ਤੁਸੀਂ ਇਹ ਗੱਲ ਸੁਣਾਉਂਦੇ ਆ ਵੀ ਪ੍ਰਾਊਡ ਆ ਸਾਨੂੰ ਇਦਾਂ ਦੇ ਪਹਿਲਵਾਨਾਂ ਤੋਂ ਜਿਹੜੇ ਆਪਣੇ ਪਿੰਡ ਚ ਵੀ ਕਾਂਟਾ ਘੋਲਿਓ ਆ, ਜਾਂ ਬਿਲਕੁਲ ਜੀਦਾਰੀ ਦੇ ਤੌਰ ਤੇ ਤੁਹਾਨੂੰ ਇੰਨਾ ਗੁੱਸੇ ਕੀਤਾ ਗਿਆ ਵੀ ਤੁਹਾਨੂੰ ਵੀ ਪਤਾ ਇਹ ਜੀਦਾਰ ਭਲਾਉਣਿਆ ਵੀ ਕਹੂਗਾ ਵੀ ਮੈਂ ਘੋਲ ਲੈਣਾ ਭੋਲੇ ਨਾ, ਵੀ ਉਹ ਜਰੂਰ ਕਿੱਸਾ ਸ਼ੇਅਰ ਕਰੋ। ਸਾਡੀਆਂ ਮੇਰੀਆਂ ਤੇ ਭੋਲੇ ਭਲਾਉਣ ਦੀਆਂ ਤਿੰਨ ਕੁਸ਼ਤੀਆਂ ਹੋਈਆਂ, ਠੀਕ ਹੈ ਜੀ, ਪਹਿਲੀ ਕੁਸ਼ਤੀ ਹੋਈ ਮਮਦੋਟ, ਠੀਕ ਹੈ ਜੀ, ਭਾਦੋਂ ਦੇ ਦਿਨ ਸੀ, ਠੀਕ ਹੈ ਜੀ, 15 ਮਿੰਟ ਕੋਲ, ਠੀਕ ਹੈ ਜੀ, ਦੂਜੀ ਕੁਸ਼ਤੀ ਹੁੰਦੀ ਸਾਡੀ ਜਦੋਂ ਗਿੱਲ ਰਸਨ ਕਲੱਬ ਵਾਲੇ ਦਿਆਲਪੁਰ ਦੋ ਤੋਲੇ ਦਾ ਕੜਾ ਰੱਖਦੇ ਆ, ਉਹ ਮੈਂ ਦੇਖੀ ਵੀ ਹੈ ਜੀ, ਭੋਲੇ ਭਲਵਾਨ ਨਾਲ ਤੇ ਪਿਆਰੇ ਭਲਵਾਨ ਨਾਲ,
बन गया तो बाद च भी जो जिक्र जसपाल बिरक जो पट्टी ला के सीटिया भोला ऐसा तड़प रहा समझ लो इधर उधर चेत हो गया थापी दी छा मैं शाबाश दी बड़ा शुगर लगा मेजर भावने के वे ओदो अल चेते करते मुड़के भरवान जी मेरे न सट लग गई मैं अमृतसर उदा गोलबाग रहा मेरे को रात पंचायत आई मंगल बास तू मेनू तेरी कुश्ती गुरमुख ना करवानी है मैं भी चलो ठीक है मेनू 2000 रुपया देवाने एक गुरज बनी है 1600 की जरा लेजे लेजे ठीक है मैं ठीक है जस्सा भलवान नाल आया पचादा अतो पम्मा एक दो मुंडे होर सी बालिया पम्मा अहीं चले गए उसे गए तो मेरे जाद्या भोले नू सद्या गया ठीक है भोले भरा सद्या गया तो मैनू आते भी जो कुश्तियां होगी होगी मेरे ना गल नहीं की जो माली का टाइम आया ना तो मैनू कहते तेरे कुश्ती अं भोले भरा करवानी है ठीक है जी मैं भोले भरा तो क्यों करवा मैनू गुरमुख नहीं सद्या हाँ जी हाँ जी हाँ मैनू कहते भी नहीं अं तो भोले ना करावा मैं क्यों भोले ना कराऊ गुरु बैठा सामने वो कहते भी नहीं अहीं तेरी योजना करवानी है ठीक है ऐ जो पक्के हो गए मैं क्या भी दो गल्लां ने एक तो गुरमुख की कुश्ती ना हो गेड़ी ना ला लो डा के किसी नूं एक भोले भरा दी मेरी कुश्ती आप पार करवा दिओ क्या बात है पहलवान क्या बात मेनू तो गुरमुख वाली तो सू समझ लग गई एक तरफ पैसे देने पैणगे सानू बैठे नू जी भोले वाली कुश्ती तू कहना भी मेरी आर पार करा दे क्यों आना अच्छा मैं कहा मेनू तो डर कोई नहीं जे करूंगा कुछ मैं ही करूंगा वो नहीं कर सकता मैं कहा भी ढाक ओ ना मारे धोबी ओ ना मारे कलाजा ओ ना मारे मेनू डर का मैं डर नहीं ना मेनू भाजी कभी घोल लगे डर लगा ही क्या बात है इस करके मैं उन्होंने कहा भी कुश्ती जी लम्मी करा दो जिनी ਜਦੋਂ ਭੈ ਡੇਗੋ ਜੀ ਠੀਕ ਹੈ ਜੀ ਕੋਲ ਚ ਕਹਿੰਦੇ ਦੋਏ ਨਹੀਂ ਪਛਾਣ ਹੁੰਦੇ ਤੁਹਾਡੇ ਏਦਾਂ ਹਾਂਜੀ ਬਦਲ ਤੋਂ ਪਛਾਣੇ ਜਾਂਦੇ ਵੀ ਛਿੰਦਾ ਕਿਹੜਾ ਤੇ ਭੋਲਾ ਭਾਰਾ ਉਹ ਭਾਰਾ ਹੈ ਹਾਂਜੀ ਉਹ ਮਿੱਟੀ ਲਾਲ ਮਿੱਟੀ ਲਾਲ ਮਿੱਟੀ ਤੇ ਚੱਕੜ ਹੋ ਗਿਆ ਹਾਂਜੀ ਕੁਸ਼ਤੀ ਹੋਈ ਅੱਧੇ ਘੰਟੇ ਬਾਅਦ ਪੰਚਾਇਤ ਆ ਗਈ ਆਂਦੇ ਤੁਹਾਨੂੰ ਛੱਡ ਦਿਓ ਹਾਂਜੀ ਮੈਂ ਕਿਹਾ ਨਹੀਂ ਆਪ ਆ ਠੀਕ ਹੈ ਉਹ 2 ਮਿੰਟ ਰੁਕੇ ਉਹ ਫੇਰ ਮੁੜ ਕੇ ਪਛਾਣ ਠੀਕ ਹੈ ਫੇਰ ਆ ਗਏ गैस लिया कुछ नहीं लिया मैं हर के पंचायत गल लग पाया गैस लिया गैस लिया ट्रैक्टर को वेख लो तुसी ओ कर लो आ कर लो कुश्ती आर पार कराओ तुसी भोले भरा नूं मैं फड़ लवां टठे ना क्योंकि जानदार सी भरवान सी मैं ओहदे कोट तों हथ मारा ते ओह निकल जे उठ के खड़ा हो जे बहिंदा नहीं सी ओह वी थल्ले सेम तुहाडे वांग तुसी वी नहीं बहे जे ना ਕਹਿੰਦੇ ਜਿਹਨਾਂ ਦੇ ਜਿੱਦਾਂ ਛਿੰਦਾ ਚਾਹੇ ਹੁਣ ਜੱਸੇ ਦੀ ਵੀ ਘੋਲ ਇੱਕ ਏਦਾਂ ਬਾਅਦ ਚ ਆਪਾਂ ਸ਼ੇਅਰ ਕਰਾਂਗੇ ਜਦੋਂ ਫੜ ਲਿਆ ਕਹਿੰਦੇ ਜੇ ਫੜ ਲਿਆ ਤਾਂ ਢਾਲ ਲੈਣਾ ਪਰ ਫੜੇ ਨਹੀਂ ਜੋ ਫੜ ਕੇ ਉਹਦੇ ਤੋਂ ਨਿਕਲ ਜਾਂਦੇ ਸੀ ਹਾਂਜੀ ਤੇ ਉਹ ਜਦੋਂ ਮੈਂ ਉਹਨਾਂ ਨਾਲ 5-4 ਮਿੰਟ 6 ਮਿੰਟ ਗੱਲਾਂ ਕਰਦਾ ਰਿਹਾ ਉਦੋਂ ਹਨੇਰਾ ਵੀ ਜਾਵੇ ਤੇ ਉਹ ਜਾਏ ਵੇਖਿਆ ਭੋਲਾ ਭਵਾਨ ਉੱਥੇ ਕਿਤੇ ਹੋਣਾ ਦਿਸੇ ਨੀ ਪਿੱਛੇ ਦਿਸੇ ਨੀ ਕਿਤੇ ਇੱਧਰ ਉੱਧਰ ਅਸੀਂ ਉਹਨਾਂ ਦੇ ਨੇੜਿਆਂ ਤੱਕ ਵੀ ਗਏ ਹਾਂ ਉੱਥੇ ਕੋਈ ਵੀ ਨਹੀਂ ਅੱਛਾ ਅਸੀਂ ਫੇਰ ਕਹਿ ਸਕਦੇ ਪਹਿਲਵਾਨ ਜੀ ਜਿਦਾਂ ਪੁਰਾਣੇ ਕਹਿੰਦੇ ਸਿਆਣੇ ਭਲਵਾਨ ਜਰੂਰ ਹੋਣੇ ਚਾਹੀਦੇ ਨਾਲ
ਜਿਹਨੂੰ ਆਪਾਂ ਜਿਹੜੀ ਆਪਾਂ ਅਣਗਹਿਲੀ ਵੀ ਕਹਿ ਸਕਦੇ ਹਾਂ ਆਪਾਂ ਜੇ ਜੀਦਾਰੀ ਚ ਆਪਾਂ ਕਰ ਸਕਦੇ ਹਾਂ ਇਹਦਾ ਮਤਲਬ ਬਿਲਕੁਲ ਹੋ ਸਕਦਾ ਜੇ ਤੁਹਾਡੀ ਉਹ ਘੋਲ ਵਿਗੜਦੀ ਤੁਹਾਡੇ ਤੋਂ ਦੂਏ ਦਿਨ ਚਾਹੇ ਆਪ ਮਹੀਨੇ ਬਾਅਦ ਨਹੀਂ ਨਹੀਂ ਭਾਵੇਂ ਮੈਂ 4 ਸਾਲ ਲਗਾ ਰਹਿੰਦਾ ਮੁੜ ਕੇ ਮੇਰੇ ਕੋਲ ਕੁਸੀ ਮੁੜਦੀ ਨਹੀਂ ਸਕਦੀ ਤੁਹਾਡਾ ਐਂਡ ਸੀ ਮੇਰਾ ਐਂਡ ਸੀ ਮੇਰੇ ਸੱਟ ਲੱਗ ਗਈ ਠੀਕ ਹੈ ਨਾਲੇ ਉਹ ਪ੍ਰੋਬਲਮ ਹੋ ਗਈ ਕਿਉਂਕਿ ਉਹ ਬੰਦੇ ਚੜ੍ਹਦੀ ਚਾਹੇ ਆ ਜਿੱਦਾਂ ਕਹਿੰਦੇ ਉਹ ਉਸ ਵੇਲੇ ਦਰਿਆ ਦੇ ਪਾਣੀ ਨੂੰ ਚੜ੍ਹ ਰਹੇ ਸੀ ਤੇ ਮੈਂ ਡਾਊਨਫਾਲ ਜਾ ਰਿਹਾ ਆਪਣੇ ਮੇਰੇ ਸੱਟ ਲੱਗ ਚੁੱਕੀ ਸੀ ਤੇ ਮੈਂ ਤੇ ਇਦਾਂ ਹੀ ਬਸ ਵੀ ਗੁਲਾਬੀ ਗੁਲਾਬੀ ਮਿਹਨਤ ਲਾਉਂਦਾ ਆਪਣੇ ਇੱਦਾਂ ਹੁਣ ਜਿਹੜੇ ਭਰਾ ਜੀ ਆਪਾਂ ਗੱਲ ਵਿੱਚ ਰੋਕੀ ਜਿੱਦਾਂ ਹੁਣ ਜੱਸੀ ਦੀ ਵੀ ਘੋਲ ਹੋਈ ਆ ਆਪਣੇ ਹੁਣ ਥੋੜੇ ਚਿਰ ਚ ਉਹ ਹੱਥ ਵੀ ਮਾਰਿਆ ਜਿੱਦਾਂ ਪੰਚਾਇਤ ਨੂੰ ਪਤਾ ਨੀ ਵੀ ਉਹ ਕਹਿੰਦੇ ਮਾਰ ਰਹੇ ਆ ਕਿਉਂਕਿ ਉਹਦੇ ਸਾਨੂੰ ਪਤਾ ਭਲਵਾਨਾਂ ਨੂੰ ਜਾਂ ਮਿੱਟੀ ਚ ਮੂੰਹ ਵਾਲ ਸਾਹ ਨੀ ਆਉਂਦਾ ਹੁੰਦਾ ਪੋਜੀਸ਼ਨ ਕੋਈ ਆ ਗਈ ਆਵੇ ਉਹ ਉਸ ਟਾਈਮ ਦੀ ਇੱਦਾਂ ਦੀ ਉਹ ਕਰਨਾ ਪੈਂਦਾ ਕਿ ਤਾਂ ਉਹ ਉਹ ਜਿਹੜੀ ਉਹ ਤੋਂ ਬਾਅਦ ਅਜੇ ਤਾਈਂ ਘੋਲ ਨੀ ਹੋਈ ਮਨ ਚ ਕੀ ਆ ਤੇ ਜਿਹੜੀ ਉਹ ਜੀਦਾਰੀ ਅਸੀਂ ਦੇਖਦੇ ਤੁਹਾਡੇ ਚ ਦੇਖਦੇ ਸੀ ਦੂਏ ਦਿਨ ਜਾ ਕੇ ਤੁਸੀਂ ਮੈਦਾਨ ਚ ਖੜੇ ਹੁੰਦੇ ਸੀ ਪਤਾ ਵੀ ਕਿਉਂਕਿ ਮੈਂ ਤੁਹਾਡੀਆਂ ਘੋਲਾਂ ਅੱਗੇ ਦੇਖੀਆਂ ਤੁਹਾਡੀ ਇੱਕ ਘੋਲ ਖਰਾਬ ਵੀ ਹੋਈ ਆ ਤੁਸੀਂ ਜਾਂਗਰਾ ਮਾਰਦੇ ਆਏ ਜਦੋਂ ਕੇਰ ਨਾ ਤੁਸੀਂ ਪਿੱਛੇ ਨੂੰ ਡਿੱਪੇ ਢਹੇ ਆ ਉਹ ਕਿਤੇ ਬਰਨਾਲੇ ਹੋਏ ਸੀ ਤੁਸੀਂ ਦੂਏ ਦਿਨ ਫੇਰ ਆ ਕੇ ਗੜੀ ਫੇਰ ਆਵਾਜ਼ਾਂ ਦਿੱਤੀਆਂ ਅਸੀਂ ਹਜੇ ਤੇ ਇੱਦਾਂ ਘੋਲ ਕੋਈ ਦੇਖੀ ਨੀ ਦੁਬਾਰਾ ਵਿੱਚ ਉਹ ਭਗਵਾਨ ਜੀ ਪੰਚਾਇਤ ਨੇ ਬੰਦ ਨੀ ਹੁੰਦੀ ਕੁਰਸੀ ਅੱਛਾ ਜੀ ਹੁਣ ਕੋਈ ਉਹ ਗੱਲ ਨੀ ਹੈਗੀ ਤੁਹਾਡੀ ਆਪਣੇ ਆਪ ਨੀ ਘੋਲ ਸਕਦੇ ਕਿਆ ਬਾਤ ਹੈ ਜੀ ਦੇਖੋ ਅਜੇ ਇਹ ਕਿੱਦਾਂ ਦਾ ਦੌਰ ਆਇਆ ਜੇ ਹੁਣ ਬੱਚਾ ਚਾਹਵੇ ਵੀ ਘੋਲਦੇ ਵੀ ਉਹਨੂੰ ਹਜੇ ਕੋਈ ਸਵਾਬ ਬਣਿਆ ਨਹੀਂ ਤਾਂ ਨਹੀਂ ਹਾਂਜੀ ਹਾਂਜੀ ਤਾਂ ਕੋਈ ਆਫਰ ਕੋਈ ਆਈ ਹੋਵੇ ਜਾਂ ਬਾਅਦ ਚ ਕੋਈ ਘੋਲ ਦੀ ਜਾਂ ਹਜੇ ਕਿੱਦਾਂ ਵੀ ਜੱਸੇ ਨਾਲ ਉਹਦੀ ਬੰਨਣ ਲਈ ਮੁੰਡੇ ਨਹੀਂ ਮੇਰੇ ਹੁੰਦਾ ਕੋਈ ਮੇਰੇ ਨੌਜਵਾਨ ਨਹੀਂ ਕੋਈ ਹੈ ਹਜੇ ਨਹੀਂ ਘੋਲੂਗਾ ਜ਼ਰੂਰ ਨਹੀਂ ਘੋਲੂਗਾ ਘੋਲਣਾ ਇਸ ਕਰਕੇ ਉਹਨੇ ਢਾਬ ਮੋੜਨੇ ਪੈਣੇ ਜਾਂਦਾ ਨਹੀਂ ਉਹ ਘੋਲਣਾ ਪੈਣਾ ਹੈ ਨਹੀਂ ਜਿੱਦਾਂ ਉਹਦਾ ਕੋਈ ਮੁੱਲਾ ਦਾ ਜਿਹੜੀ ਹੋਵੇ ਸੀ ਉਹ ਘੋਲ ਮੁੱਲਾ ਦਿੱਤੀ ਵੀ ਇਹਨੂੰ ਗਈ ਆ ਦਿੱਤੀ ਵੀ ਇਹਨੂੰ ਗਈ ਸੀ ਪਰ ਉਹ ਕੁਸ਼ਤੀ ਰੌਲੇ ਵਾਲੀ ਸੀ ਇਹਨਾਂ ਗੱਲਾਂ ਤੋਂ ਹੀ ਉਹ ਜ਼ਿਆਦਾ ਨਹੀਂ ਗਾ ਕਰਦਾ ਇੱਧਰ ਉੱਧਰ ਦੀ ਗੱਲ ਵੀ ਉਹਦੇ ਵਿੱਚ ਕਿਉਂਕਿ ਭਾਨਾ ਵੀ ਜਿਹੜਾ ਵਿੱਚ ਹੁਣ ਗੱਲ ਕਰਨ ਲੱਗੇ ਤੁਸੀਂ ਪੱਗ ਵੀ ਦਿੱਤੀ ਆ ਕਿਉਂਕਿ ਭਾਨਾ ਤੁਹਾਡਾ ਸ਼ਗਿਰਦ ਆ ਤੁਸੀਂ ਇਹ ਨਵੀਂ ਰੀਤ ਚਲਾਈ ਆ ਜਿਹੜੀ ਸ਼ਗਿਰਦ ਤੋਂ ਗਾਂ ਆਪਣੇ ਬੱਚੇ ਨੂੰ ਪੱਗ ਦਵਾਈ ਆ ਇਹਦੇ ਬਾਰੇ ਵੀ ਜ਼ਰੂਰ ਸ਼ੇਅਰ ਕਰੋ ਇਹ ਜਿਹੜਾ ਤੁਹਾਨੂੰ ਅੱਜ ਬਹੁਤ ਦੁਨੀਆਂ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ 'ਚ ਦੇਖ ਰਹੇ ਆ ਵੇਖੋ ਪੱਗ ਉਹਨੂੰ ਦੇਣੀ ਚਾਹੀਦੀ ਆ ਜਿਹੜਾ ਉਹਨੂੰ ਬੱਚਿਆਂ ਜਿੰਨਾ ਪਿਆਰ ਕਰੇ ਕਿਆ ਬਾਤ ਹੈ ਜੀ ਕਿਆ ਬਾਤ ਤੇ ਦੇਣ ਵਾਲੇ ਨੂੰ ਇਹ ਚਾਹੀਦਾ ਜਿਹੜਾ ਉਹਦੀ ਮਾਂ ਬਾਪ ਜੀ ਦੀ ਕਦਰ ਕਰੇ ਦੋਵਾਂ ਧਿਰਾਂ ਨੂੰ ਆਸ ਵਿੱਚ ਇੱਕ ਦੂਜੇ ਦੀ ਸਮਝ ਹੋਣੀ ਚਾਹੀਦੀ ਹੈ ਕਿਆ ਬਾਤ ਹੈ ਜੀ ਔਰ ਉਹਨਾਂ ਦੀ ਮੀਜਾ ਰਲਣੀ ਚਾਹੀਦੀ ਹੈ ਠੀਕ ਹੈ ਜੀ ਜਿੰਨੀ ਜੱਸੇ ਦੀ ਤੇ ਭਾਨੇ ਦੀ ਮੀਜਾ ਰਲਦੀ ਹੈ ਜਿੰਨੀ ਇੱਕ ਦੂਜੇ ਦੀ ਰਮਜ ਨੂੰ ਜਾਂ ਗੱਲ ਨੂੰ ਉਹ ਸਮਝਦੇ ਨੇ ਮੇਰਾ ਖਿਆਲ ਨਹੀਂ ਇੰਨਾ ਕੋਈ ਇੱਕ ਦੂਜੇ ਦੀ ਗੱਲ ਨੂੰ ਸਮਝਦਾ ਹੋਵੇ ਠੀਕ ਹੈ ਜੀ ਇਸ ਗੱਲ ਦੇ ਇਤਰਾਜ਼ ਵੀ ਹੋਇਆ ਸੀ ਉਦੋਂ ਕੁਛ ਪਹਿਲਵਾਨ ਚਾਹੁੰਦੇ ਸੀ ਕਿ ਪੱਗ ਸਾਨੂੰ ਦਿੱਤੀ ਜਾਵੇ ਠੀਕ ਹੈ ਜੀ ਪਰ ਮੈਂ ਉਹ ਜੋ ਸੋਚ ਸਮਝ ਕੇ ਕੀਤਾ ਆਪਣੇ ਵੱਲੋਂ ਕਰਦਾ ਤੇ ਪਰਮਾਤਮਾ ਹੈ ਹਾਂਜੀ ਉਹਨਾਂ ਦਾ ਇੰਨਾ ਕੁ ਜ਼ਿਆਦਾ ਪਿਆਰ ਆ ਵੀ ਜਿਹੜੀ ਗੱਲ ਭਾਨੇ ਨੇ ਕਹਿਣੀ ਆ ਉਹ ਜੱਸੇ ਨੇ ਸੋਚੀ ਹੁੰਦੀ ਆ ਜਿਹੜੀ ਜੱਸੇ ਨੇ ਸੋਚੀ ਉਹ ਭਾਨੇ ਨੇ ਕਹਿਣ ਦੇਣੀ ਹੁੰਦੀ ਆ ਬਹੁਤ ਵਧੀਆ ਤੁਸੀਂ ਡਿਸੀਜਨ ਲਿਆ ਭਰਾ ਜੀ ਰਿਜ਼ਲਟ ਵੀ ਮਿਲਿਆ ਉਹਦਾ ਰਿਜ਼ਲਟ ਵੀ ਮਿਲਿਆ ਉਹਦਾ ਰਿਜ਼ਲਟ ਵੀ ਮਿਲਿਆ ਕਿਉਂਕਿ ਭਾਨਾ ਹੁਣ ਜਿਵੇਂ ਗਰਮੀ ਆ 5 ਵਜੇ ਉਹ 4 ਵਜੇ ਖਾੜੇ ਆ ਜਾਂਦਾ ਸਵੇਰੇ ਉਹਦਾ ਦੋਵੇਂ ਟਾਈਮ ਰੁਟੀਨ ਆ ਉਹਨੇ ਦੋਵੇਂ ਟਾਈਮ ਖਾੜੇ ਤੇ ਆਉਣਾ ਹੀ ਆਉਣਾ ਜਦੋਂ ਉਹ ਇੱਥੇ ਆ ਠੀਕ ਆ ਤੁਸੀਂ ਹਜੇ ਵੀ ਸੇਵਾ ਕਰ ਰਹੇ ਹੋ ਜਿੱਦਾਂ ਭਲਵਾਨੀ ਗਾਂ ਪਾਲ ਰਹੇ ਆ ਤੁਸੀਂ ਖਾੜਾ ਪਾਇਆ ਉਹਦਾ ਕੀ ਨਾਂ ਰੱਖਿਆ ਉਹਦਾ ਖਾੜਾ ਦਾ ਨਾਂ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਠੀਕ ਹੈ ਜੀ ਹਾਂਜੀ ਉਹ ਸਾਰਾ ਆਪਣੀ ਜੇਬ ਚੋਂ ਉਹ ਆਪਣੀ ਜੇਬ ਚੋਂ ਹੀ ਆਪਣੀ ਜੇਬ ਚੋਂ ਹੀ ਇੱਕ ਜਦੋਂ ਸਾਰਾ ਕੰਪਲੀਟ ਹੋ ਗਿਆ ਸੀ ਉਦੋਂ ਤਕਰੀਬਨ 2 ਸਾਲ ਬਾਅਦ ਸਾਡੇ ਐਮ ਪੀ ਸੀਗੇ ਆਪਣੇ ਬ੍ਰਹਮਪੁਰਾ ਠੀਕ ਹੈ ਜੀ ਸਰਦਾਰ ਰਣਜੀਤ ਸਿੰਘ ਠੀਕ ਹੈ ਉਹ ਆਏ ਸੀਗੇ ਠੀਕ ਹੈ ਉਹ ਆਏ ਨਾਲ ਉਹਨਾਂ ਦੇ ਹੋਰ ਸੀ ਮੈਂਬਰ 2-4 ਉਹ ਬੈਠੇ ਤੇ ਕਹਿੰਦੇ ਵੀ 1 ਲੱਖ ਰੁਪਇਆ ਉਹਨਾਂ ਦੇ ਖਾੜੇ ਨੂੰ ਦੇ ਦਿਓ ਠੀਕ ਹੈ ਜੀ ਮੈਂ ਇਹਨੇ ਰਹਿਣ ਦੇ ਮੈਂ ਬਿਜਨਸ ਨੇ ਕੀਤਾ
ਅਸੀਂ ਕਿਸੇ ਦੇ ਉਹ ਨੀ ਕੀਤਾ, ਅਸੀਂ ਤੇ ਇੱਕ ਸੇਵਾ ਭਾਵਨਾ ਨਾਲ ਕੀਤਾ ਹੈ। ਮਨ ਚ ਆਵੇ ਕੋਈ ਜੱਸੇ ਵਰਗੀ ਹੋਰ ਪਹਿਲਵਾਨ, ਹੋਰ ਸਾਡੇ ਇਲਾਕੇ ਦੇ ਵਿੱਚ ਕੋਈ ਐਸੀ ਜਗ੍ਹਾ ਨੀ ਜੀ ਹੈਗੀ ਜਿੱਥੇ ਰਹਿ ਕੇ ਭਲਵਾਨੀ ਕਰ ਸਕਣ ਜਾਂ ਜਿਹਨੂੰ ਆਪਣਾ ਅਖਾੜਾ ਕਹਿ ਸਕਣ, ਆਪਣਾ ਘਰ ਕਹਿ ਸਕਣ। ਉੱਥੇ ਭਲਵਾਨ ਜੀ ਤੁਸੀਂ ਵੀ ਵੇਖਿਆ ਕਿ ਛੋਟਾ ਜਿਹਾ ਮਕਾਨ ਵੀ ਬਣਾ ਕੇ ਦਿੱਤਾ ਵਿੱਚ। ਹਾਂਜੀ ਹਾਂਜੀ। ਔਰ ਉੱਥੇ 500 ਰੁਪਇਆ ਇੱਕ ਬੱਚੇ ਨੂੰ ਇੱਕ ਮਹੀਨੇ ਦਾ ਲਾਇਆ, ਉਹ ਵੀ ਵਿੱਚੋਂ 10-12 ਬੱਚੇ ਇਹੋ ਜਿਹੇ ਨੇ ਜਿਨ੍ਹਾਂ ਦੇ ਮਾਈ ਬਾਪ ਕੋਈ ਦਿਹਾੜੀ ਕਰਦਾ, ਕੋਈ ਗਰੀਬ ਨੇ, ਉਹਨਾਂ ਦੋਵੇਂ ਨੇ ਦੁਆਵਾਂ ਮਿਲਣੀਆਂ ਭਰਾ ਜੀ ਉਹਨਾਂ ਨੇ। ਤੇ ਜਿਹੜੇ ਦੂਜੇ ਨੇ ਉਹਨਾਂ ਨੂੰ ਤਾਂ ਲਾਇਆ ਵੀ ਉਹ ਜੇ ਮੋਟਰ ਚੱਲਣ ਡਈ ਤੇ ਚੱਲੀ ਜਾਂਦੀ ਹੈ, ਬਾਹਰਲਾ ਉਗਲਾ ਬਲਬ ਸਾਰਾ ਜਗਦਾ ਜਗਦਾ ਰਹਿੰਦਾ ਹੈ। ਜਿਹੜਾ ਆਪਣੇ ਛਿੰਦੇ ਪਹਿਲਵਾਨ ਨੂੰ ਇੰਨਾ ਪਿਆਰ ਮਿਲਣ ਦਾ ਕੀ ਕਾਰਨ ਹੈ? ਜਿਹੜਾ ਪਿੰਡ ਪਿੰਡ 'ਚ ਤੁਹਾਡਾ ਇੰਨਾ ਮੋਹ ਆ, ਪਿਆਰ ਆ, ਹਜੇ ਵੀ ਪੰਚਾਇਤਾਂ ਤੁਹਾਡੇ ਕੋਲ ਆਉਂਦੀਆਂ ਇੱਦਾਂ? ਮੈਂ ਭਗਵਾਨ ਜੀ ਆਪਣੀ ਜ਼ਿੰਦਗੀ 'ਚ ਸਾਰੇ ਪੰਜਾਬ ਦੀਆਂ ਪੰਚਾਇਤਾਂ ਸੁਣ ਰਹੀਆਂ ਨੇ, ਸਾਰੇ ਭਲਵਾਨ ਸੁਣ ਰਹੇ ਨੇ ਨਵੇਂ ਪੁਰਾਣੇ। ਮੈਂ ਕਦੀ ਕਿਸੇ ਪੰਚਾਇਤ ਨੂੰ ਇਹ ਨਹੀਂ ਅੱਜ ਤੱਕ ਆਖਿਆ ਵੀ ਮੈਨੂੰ ਇੰਨੇ ਪੈਸੇ ਦਿਓ ਤੇ ਮੈਂ ਘੁਲੂੰਗਾ। ਕਿਆ ਬਾਤ ਹੈ ਜੀ। ਔਰ ਇੱਕ ਬੰਦਿਓਂ ਮੈਂ ਮੰਨਣਾ ਨੇ ਉਦੋਂ ਜਦੋਂ ਸੈਕਿੰਡ ਉਦੋਂ ਕਿੰਨੇ ਪੈਸੇ ਮਿਲੇ ਸੀਗੇ, ਕਾਫੀ ਸੀ, ਹਜ਼ਾਰਾਂ ਸੀਗੇ ਉਸ ਟਾਈਮ, ਉਨੇ ਬਹੁਤ ਸੀਗੇ, ਬਹੁਤ ਸੀਗੇ। ਉਦੋਂ ਪਹਿਲਾਂ ਜਦੋਂ 83 ਦੇ ਵਿੱਚ ਇਹਨਾਂ ਨੇ ਪੰਜਾਬ ਵਿੱਚ 3,100 ਰੁਪਇਆ ਮਿਲਿਆ ਸਾਨੂੰ। ਮੈਂ ਤੇ ਫਗਵਾੜੇ ਹੋਏ ਮੁੰਡਾ ਵਿਜੇ ਪਲਾਨ ਤੇ ਸਾਨੂੰ ਮੋਟਰਸਾਈਕਲ ਤੇ ਫਗਵਾੜਾ ਨੀ ਆਉਂਦਾ ਵੀ ਅਸੀਂ ਜਾ ਕੇ ਦੱਸੀਏ 3,100 ਰੁਪਇਆ ਮਿਲਿਆ। ਰੱਖਣਾ ਕਿੱਥੇ? ਰੱਖਣਾ ਕਿੱਥੇ 3,100 ਰੁਪਇਆ? ਠੀਕ ਹੈ, ਇੱਕ ਹੀ ਮਿਲਿਆ। ਤੇ ਇਹ ਵੀ ਮੇਰੇ ਕੋਲ ਗੁੜ ਦੀਆਂ ਛੀਆਂ ਵਾਲੇ ਵੀ ਆ ਜਾਂਦੇ ਸੀ ਨਾ। ਮੁੰਡੇ ਵੀ ਲਿਆਵਾਂਗੇ, ਘੁਲਾਂਗੇ। ਮੈਨੂੰ ਬਹੁਤ ਪਿਆਰ ਮਿਲਿਆ ਦੁਆਬੇ ਮਾਲਵੇ ਸਾਰੇ ਥਾਵਾਂ ਤੋਂ। ਤੁਹਾਡਾ ਮਨ ਇਹੀ ਸੀ ਵੀ ਜਿੱਦਾਂ ਹੁਣ ਜੱਸੇ ਨੂੰ ਵੀ ਮੇਰੇ ਹਿਸਾਬ ਨਾਲ ਕੋਈ ਕੋਈ ਪਿੰਡ ਤੁਸੀਂ ਨਿੱਕੇ ਹੁੰਦੇ ਨੇ ਵੀ ਛੱਡਿਆ ਨੀ, ਜਿੱਥੇ ਪਹਿਲਾਂ ਤੁਸੀਂ ਨਾਲ ਆਪ ਲੈ ਕੇ ਜਾਂਦੇ ਰਹੇ ਆ। ਉਹਦੇ ਨਾਲ 2-3 ਸਾਲ ਮੈਂ ਨਾਲ ਜਾਂਦਾ ਰਿਹਾ। ਕੋਈ ਸਿੰਘਾਂ ਚ ਅਸੀਂ ਵੀ ਮਿਲੇ ਆ ਵੀ ਤੁਹਾਨੂੰ ਉੱਥੇ ਬਹੁਤ ਵਧੀਆ ਲੱਗਦਾ ਸੀ, ਬਹੁਤ ਡਿਸਿਪਲਿਨ ਦਾ ਤੁਹਾਡਾ ਬਹਿਣ ਦਾ ਤਰੀਕਾ, ਜਿਹੜਾ ਹਜੇ ਆਮ ਭਲਵਾਨਾਂ ਨੂੰ ਪਤਾ ਵੀ ਨਹੀਂ, ਸਾਫ਼ ਸੁਥਰਾ ਕਰਕੇ, ਜਿਹੜੇ ਕਈ ਰੂਲ ਆ ਜਿੱਦਾਂ ਕੋਈ ਪਿੱਠ ਕਰਕੇ ਨਹੀਂ ਕਿਸੇ ਨੂੰ ਬਹਿਣਾ ਜਾਏ, ਕਈ ਮੇਰੇ ਹਿਸਾਬ ਨਾਲ ਆਪਾਂ ਇਹਨੂੰ ਵਹਿਮ ਕਹਿ ਲਈਏ ਭਲਵਾਨ ਜੀ ਕਿ ਵਹਿਮ ਕਹਿ ਲਈਏ ਸਤਕਾਰ ਸਤਕਾਰ ਇਹ ਵਹਿਮ ਨਹੀਂ ਹੁੰਦਾ ਭਲਵਾਨ ਜੀ। ਹਾਂਜੀ ਹਾਂਜੀ, ਜਿਵੇਂ ਨਗਰ ਆ, ਕਿਉਂਕਿ ਆਪਣੇ ਪਬਲਿਕ ਆਪਾਂ ਤਾਂ ਸਾਂਝੀ ਕਰਦੇ ਹਾਂ, ਬਹੁਤ ਜਾਣਿਆਂ ਨੂੰ ਲੱਗਦਾ ਵੀ ਭਲਵਾਨ ਵਹਿਮੀ ਹੁੰਦੇ ਆ, ਵੀ ਪੈਟ ਤੇ ਹੱਥ ਲਾ ਲਿਆ ਆਪਾਂ ਨੂੰ, ਇਹ ਤਾਂ ਹੀ ਸ਼ੇਅਰ ਕਰ ਲੱਗਿਆ ਗੱਲਾਂ ਤੁਹਾਡੇ ਨਾਲ, ਇਹ ਵੀ ਡੇਟ ਹੁੰਦਾ ਬੰਦਾ। ਹਾਂਜੀ, ਤੁਸੀਂ ਇਹ ਜ਼ਰੂਰ ਅੱਜ ਸ਼ੇਅਰ ਕਰਨੀ ਹੈ, ਦੱਸਣੀ ਆ ਕੀ ਗੱਲ ਵਾ। ਜਿਵੇਂ ਕੋਈ ਚਾਹੇ ਮੁਸਲਮਾਨ ਫਕੀਰ ਦੀ, ਚਾਹੇ ਹਿੰਦੂ ਦੀ, ਕਿਸੇ ਦੀ ਫਕੀਰ ਦੀ ਸਮਾਧਿਆ, ਕੋਈ ਮੜੀ ਆ, ਕੋਈ ਗੁਰਦੁਆਰਾ ਸਾਹਿਬ ਆ, ਕੋਈ ਕੁਛ ਵੀ ਆ, ਉਹਦੇ ਵੱਲ ਨੂੰ ਪਿੱਛਾ ਨਹੀਂ ਕਰਕੇ ਪਹਿਲਵਾਨ ਬਹਿਣ ਦਿੰਦੇ, ਵੱਡੇ ਪਿੱਠ ਕਰਕੇ ਨਹੀਂ ਬਹਿਣ ਦਿੰਦੇ, ਸਤਿਕਾਰ ਵਜੋਂ ਪਿੰਡ ਵੱਲ ਨੂੰ ਪਿੱਛਾ ਨਹੀਂ ਕਰਨਾ। ਠੀਕ ਹੈ ਜੀ। ਹਾਂਜੀ, ਚੜ੍ਹਦੇ ਵੱਲ ਦਾ ਵੀ ਕੋਈ ਹੈਗਾ? ਨਹੀਂ, ਚੜ੍ਹਦੇ ਰਹਿੰਦੇ ਤਾਂ ਕੋਈ ਨਹੀਂ ਸੀ ਹੁੰਦਾ। ਅੱਛਾ ਜੀ। ਸਾਡੇ ਬੰਦੇ ਜਿਹੜੇ ਨੇ ਤੁਸੀਂ ਕਿਤੇ ਵੇਖਿਓ ਜੇ, ਬਾਕੀ ਮੈਂ ਰੁਸਤਮ ਜਵਾਨ ਵੇਖੇ ਨੇ, ਉਹ ਚਪਲਾਂ ਲਾ ਕੇ ਉੱਤੇ ਬਹਿ ਜਾਂਦੇ ਨੇ, ਰੱਖਣ ਲਈ ਜਗ੍ਹਾ ਥੱਲੇ ਕੋਈ ਪਰਨਾ ਪੁਰਨਾ ਲਿਆਉਂਦੇ ਨੇ, ਸਾਡੇ ਸਪੈਸ਼ਲ ਚਾਦਰ ਥੱਲੇ ਵਿਛਾ ਕੇ, ਮੇਰੇ ਤੋਂ ਨੀ, ਮੇਰੇ ਪਹਿਲਾਂ ਮੇਰੇ ਸਟਾਰ ਹੋਣਾ ਤੋਂ ਲੈ ਕੇ, ਪਹਿਲਵਾਨ ਸੰਤੋਖ ਹੋਣਾ ਤੋਂ ਲੈ ਕੇ, ਪਹਿਲਵਾਨ ਬੰਤਾ ਸਿੰਘ ਜੀ ਹੋਣਾ ਤੋਂ ਲੈ ਕੇ ਪਹਿਲਾਂ ਥੱਲੇ ਚਾਦਰ ਵਿਛਾਉਣੀ ਆ, ਉਹਦੇ ਤੇ ਭਲਵਾਨਾਂ ਵੱਡਿਆਂ ਬਹਿਣਾ ਹੈ, ਅਗਲੇ ਬੰਨੇ ਸਾਫਾ ਵਿਛਾਉਣਾ ਹੈ, ਉਹਦੇ ਤੇ ਕੱਪੜੇ ਜਿਹੜੇ ਘੁਲਣ ਤੋਂ ਪਹਿਲਾਂ ਲਾ, ਘੁਲਣ ਤੋਂ ਪਹਿਲਾਂ ਕੱਪੜੇ ਲਾਉਣੇ ਨੇ। ਹਾਂਜੀ, ਜਿਵੇਂ ਪੱਗ ਆ ਜਾਂ ਪਰਨਾ ਹੈ ਜੱਸਾ ਬੰਨਦਾ, ਉਹਨੂੰ ਇਹ ਵਹਿਮ ਨਹੀਂ ਗਾ, ਇਹ ਸਤਿਕਾਰ ਆ, ਉਹਨੂੰ ਐ ਸਿੱਧੀ ਸਿੱਧੀ ਐ ਕਰਕੇ ਲਾ ਕੇ ਰੱਖਣਾ, ਉਹਨੂੰ ਪੁੱਠੀ ਨੀ ਰੱਖਣਾ, ਪੁੱਠੀ ਨੀ ਰੱਖਣਾ, ਸਤਿਕਾਰ ਕਰ ਰਹੇ ਨੇ, ਸਤਿਕਾਰ ਆ, ਹੋਰ ਉਹ ਕੋਈ ਵਹਿਮ ਵਾਲੀ ਗੱਲ ਕੋਈ ਨੀ ਹੁੰਦੀ, ਤੇ ਨਾ ਭਲਵਾਨੀ ਜਿੰਨਾ ਕੋਈ ਵਹਿਮ ਕੀਤਿਆਂ ਸਤਾ ਹੀ ਆ, ਉਹ ਥੋੜਾ ਮਾਨ ਸਤਿਕਾਰ ਹੁੰਦਾ ਹੈ, ਮਾਨ ਸਤਿਕਾਰ ਆ। ਪਹਿਲਵਾਨ ਜੀ ਜਿਹੜੇ ਆ, ਜੇ ਤੁਹਾਨੂੰ ਹੋਰ ਦਿਲ ਚ ਜਿਹੜੀ ਕੋਈ ਵੀ ਗੱਲ ਆ, ਅੱਜ ਰੋਸਤਮ ਦੀ ਆਵਾਜ਼ ਤੇ ਤੁਹਾਨੂੰ ਬਹੁਤ ਸੁਣ ਰਹੇ ਆ, ਤੁਸੀਂ ਇਹਨਾਂ ਨੂੰ ਕੋਈ ਮੈਸੇਜ ਕੀ ਦੇਣਾ ਚਾਹੁੰਦੇ ਆ? ਮੈਸੇਜ ਮੇਰਾ ਇਹ ਆ ਵੀ
अपने मां बाप का सत्कार करो और वड्डियां दी इज्जत करो। अपने कोच साहब नूं पुछ के खुराक का मेहनत का जिवें उह कहिंदे ने उवें करो, क्योंकि वह उस रस्ते तो लंघ चुके ने जिहड़े रस्ते ते उह तुहानूं पाउण नूं इन्ना संघर्ष कर रहे ने। और कोई भी उस्ताद आ, चाहे वह दूजे खाड़े का कोई भी सीनियर आउंदा, उहदा इस्तेमाल करिया करो। और पहलवानी बड़ी सुची सची गेम है, इहदे विच रले की गल ना करो कोई, क्योंकि हर एक मां बाप यह चाहता है कि मेरा बच्चा वधिया होवे, वह पहलवान बने। वह तां ही बनूगा जे वह आग्ञाकारी रहेगा, डिसिपलिन च रहेगा। मां बाप नालों नेड़े तुहाडा कोई दोस्त नहीं हुंदा। जो मां बाप कर सकता है वो एक मां बाप उदों मगरों उस्ताद जो खाड़े दे विच ने वो जो कर सकते हैं। एक तीजा बंदा आण के तुहाडे नाल कोई दखलदारी करता ज्यादा करता वो तुहाडे फायदे वाली गल नहीं। हो थैंक यू पहलवान जी। ये साडे वाहिगुरु जी की फतेह। शिंदा पहलवान जी जस्से पट्टी दे फादर सी, लेंदे पंजाब ता चढ़दे पंजाब च। इदां साडे नाल बने रहा करो, इदां तुहानू असीं सुपर स्टारां नाल जिहड़े रुस्तमे हिंद पहलवानां नाल मनाउंदे रहांगे। ਤਾਂ ਵਾਹਿਗੁਰੂ ਜੀ ਕਾ ਖਾਲਸਾ ਪਹਿਲਾਂ ਜੀ, ਵਾਹਿਗੁਰੂ ਜੀ ਕੀ ਫਤਿਹ।